मैं कोशिश कीती है तैनू भुल जावन दी, मैं तो कसम भी झूठी खाई सी मेरे कोल आवन दी, मैनू चैन न मिलिया जिंदगी चो कि पुछदा मेरे हालात तो है, मैनू पागल करके रख दिता ना समझ तू जज बात तो। ये फिर पंजे भैणा ही गायकी दे पिंड दे विच नठ नठ के गाउंदियां भी तेरे नालों वध गाणा मैं चला के दिखाऊं। ती सारियां भैणा ने काम कीता ना ते मुंडिया वांग ही कीता, कोई कुड़ियां वाली कोई गल ही नहीं रही। कदे नहीं सोचा भी पंजे भैणा इकट्ठियां ही कोई गीत लैके ते फिर असी सामने सोचा सीगा, थोड़ा जिहा मौका नहीं मिलिया, एक गाणा सानू उदां दा मिलिया नहीं हजे, ओह जिद्दे मिल गया ते समझ लो ਉਦਾਂ ਕਦੇ ਕਦੇ ਐਂ ਨਹੀਂ ਲੱਗਦਾ ਵੀ ਭੈਣ ਛੋਟੀ ਅੱਗੇ ਨਿਕਲ ਗਈ। ਨਹੀਂ ਨਹੀਂ, ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ, ਮੈਨੂੰ ਐਂ ਲੱਗਦਾ ਵੀ ਚਲੋ ਸਾਡੀ ਜਿਹੜੀ ਬੈਕਗ੍ਰਾਉਂਡ ਸੀ ਉਹ ਸੁਧਰ ਗਈ। ਇਹ ਜਿਹੜਾ ਮੈਨੂੰ ਦੱਸੋ ਵੀ ਜਿਹੜੇ ਰਿਐਲਿਟੀ ਸ਼ੋਅ ਹੁੰਦੇ ਆ, ਹਾਂਜੀ, ਭਾਵੇਂ ਅਸੀਂ ਟੀਵੀ ਚੈਨਲ ਦੇ ਉੱਤੇ ਆਉਂਦੇ ਰਹੇ ਹਾਂ, ਹਰ ਰੋਜ਼ ਸਾਨੂੰ ਅੱਧਾ ਪੌਣਾ ਘੰਟਾ ਲੋਕ ਦੇਖਦੇ ਸੀ ਵੀ ਮੁਕਾਬਲੇ 'ਚ ਵੋਟਾਂ ਇੰਨੀਆਂ ਪੈ ਗਈਆਂ, ਆ ਪਿੱਛੇ ਰਹਿ ਗਿਆ, ਅੱਗੇ ਰਹਿ ਗਿਆ, ਇਹਨੂੰ ਬਾਹਰ ਕੱਢਤਾ, ਇਹਨੂੰ ਐਂ ਕਰਤਾ, ਪਰ ਮਸਲਾ ਓਡੇ ਦਾ ਓਡਾ ਹੀ ਰਿਹਾ। ਨਿੱਕੀ ਛੋਟੀ ਜਗ੍ਹਾ ਤਾਂ ਆਪਾਂ ਉੱਠਦੇ ਹਾਂ, ਛੋਟੇ ਜਿਹੇ ਪਿੰਡ 'ਚ ਉੱਠਦੇ ਹਾਂ ਅਤੇ ਕਿੱਥੋਂ ਤੀਕਰ ਆਪਾਂ ਪਹੁੰਚ ਗਏ ਹਾਂ, ਇਹ ਆਪਾਂ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀਗਾ। ਗੱਲ ਇਹ ਬਣ ਜਾਂਦੀ ਹੈ ਕਿ ਨਹੀਂ ਨਹੀਂ ਇਹ ਤਾਂ ਸਫਲ ਹੋ ਗਿਆ, ਇਹਦੀ ਭੈਣ ਪਹਿਲਾਂ ਸਫਲ ਸੀ, ਇਹਦਾ ਭਰਾ ਪਹਿਲਾਂ ਸਫਲ ਸੀ। ਜਿੱਥੇ ਉਹਨਾਂ ਨੂੰ ਮੈਂ ਚਾਹੁੰਦੀ ਹਾਂ ਵੀ ਮੈਨੂੰ ਆਹ ਚੀਜ਼ ਦੀ ਲੋੜ ਆ, ਉਹ ਮੇਰੀ ਸਪੋਰਟ ਕਰਦੇ ਆ, ਬਟ ਮੈਂ ਕੋਸ਼ਿਸ਼ ਆਪਣੇ ਆਪ ਵੱਲੋਂ ਇਹ ਕੀਤੀ ਹੈ ਵੀ ਮੈਂ ਆਪਣੇ ਪੈਰਾਂ ਸਿਰ ਆਪ ਖੜੀ ਹੋਵਾਂ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨਤ ਹਿੰਦ, ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਹੀ ਵਧੀਆ, ਚੜ੍ਹਦੀ ਕਲਾ ਜ਼ਿੰਦਾਬਾਦ। ਅੱਜ ਆਪਾਂ ਫਿਰ ਤੋਂ ਜਿਹੜਾ ਹਫਤਾਵਾਰੀ ਖਾਸ ਕਿਸ਼ਤ ਜਿਹੜੀ ਲੈ ਕੇ ਆਉਂਦੇ ਹਾਂ ਉਹ ਲੈ ਕੇ ਹਾਜ਼ਰ ਹਾਂ। ਬਿਲਕੁਲ ਸਹੀ ਗੱਲ ਆ, ਅੱਜ ਫੁੱਲਾਂ ਦੀ ਗੱਲ, ਅੱਜ ਤਿਤਲੀਆਂ ਦੀ ਗੱਲ, ਅੱਜ ਪਤਾ ਨਹੀਂ ਕਿਹਦੀ ਕਿਹਦੀ ਗੱਲ ਅਸੀਂ ਕਰਨੀ ਹੈ ਜੀ। ਬਹੁਤ ਚੰਗੇ ਚੰਗੇ ਗਾਣੇ ਸੁਣਨੇ ਆ, ਬੜੀ ਸੁਰੀਲੀ ਆਵਾਜ਼ ਦੀ ਮਲਿਕਾ ਕੁੜੀ ਇਸ ਸਟੂਡੀਓ ਦੇ ਵਿੱਚ ਪਹੁੰਚੀ ਹੈ, ਰਜ਼ੀਆ ਸੁਲਤਾਨ ਉਹਦਾ ਨਾਂ, ਤੇ ਬੜੀ ਆਵਾਜ਼ ਦਮਦਾਰ ਜੀ, ਬਿਲਕੁਲ ਵੱਡੀ ਤੇ ਵਧੀਆ, ਵੱਖਰੀ ਤੇ ਨਿਆਰੀ ਗੱਲ ਇਹ ਹੈ ਵੀ ਆਵਾਜ਼ ਚੰਗੀ ਹੈ ਜੀ, ਔਰ ਸੁਰ ਦੇ ਵਿੱਚ ਹੈ। ਸਭ ਤੋਂ ਵੱਡੀ ਚੀਜ਼ ਇਹ ਹੈ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਵੇਖਦੇ ਹਾਂ ਜਿਹੜਾ ਦਾ ਨਾਂ ਬਹੁਤ ਉੱਚਾ ਹੋ ਜਾਂਦਾ ਪਰ ਸੁਰ ਦੇ ਉਹ ਨੇੜੇ ਤੇੜੇ ਵੀ ਨਹੀਂ ਹੁੰਦੇ, ਪਰ ਇਸ ਕੁੜੀ ਨਾਲ ਇਦਾਂ ਨਹੀਂ ਹੈ, ਇਹ ਕੁੜੀ ਸੁਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਰਪੱਕ ਹੈ ਔਰ ਸੋਹਣਾ ਗਾਉਂਦੀ ਹੈ। ਬਿਲਕੁਲ, ਤੇ ਪਿਤਾ ਪੁਰਖੀ ਗਾਇਕੀ ਮਿਲੀ ਹੈ ਜੀ, ਵਿਰਾਸਤ ਦੇ ਵਿੱਚ ਗਾਇਕੀ ਮਿਲੀ ਹੈ, ਪੰਜ ਭੈਣਾਂ ਪੰਜੇ ਹੀ ਗਾਉਂਦੀਆਂ, ਭਰਾ ਭਰਾ ਵੀ ਗਾਉਂਦਾ, ਸਾਰਾ ਟੱਬਰ ਗਾਇਕੀ ਨੂੰ ਸਮਰਪਿਤ ਆ। ਮੈਂ ਅੱਗੇ ਚਾਹ ਦਾ ਪਿਆਲਾ ਸਾਂਝਾ ਕਰਦੇ ਕਹਿੰਦੇ ਸੀ, ਮੈਂ ਕਿਹਾ ਹੁਣ ਤੱਕ ਅਸੀਂ ਕਹਿ ਗਏ ਕੁੜੀਆਂ ਘੱਟ ਆ, ਤੁਸੀਂ ਸਾਰੇ ਟੱਬਰ ਨੇ ਪੂਰੀਆਂ ਕਰਤੀ ਗਏ। ਗਾਇਕੀ ਚ ਕੁੜੀਆਂ ਘੱਟ ਆ, ਤੁਸੀਂ ਪੰਜੇ ਕੁੜੀਆਂ ਇੰਨੀਆਂ ਭੈਣਾਂ ਕਾਮਯਾਬ ਹੋਣ ਵੀ ਲੁੱਟ ਲਓ ਚੰਗਾ ਗਾ ਗਾ ਕੇ। ਵਿਚਾਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਰ ਭਾਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਹਰਮਨ ਜੀ ਤੁਹਾਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਸੇ ਨਾ ਇੱਕ ਵਿਚਲੀ ਗੱਲ ਦੱਸੋ, ਅਫਸਾਨਾ ਖਾਨ ਹਾਂਜੀ, ਇਹ ਰਜ਼ੀਆ ਸੁਲਤਾਨ ਹਾਂਜੀ, ਖੁਦਾ ਬਖਸ਼ ਭਰਾ ਹਾਂਜੀ, ਵੀ ਇਹ ਸਾਰੇ ਤਖੱਲਸ ਅੱਡੋ ਅੱਡ ਜਗ੍ਹਾ ਤੋਂ ਲਾਈ ਫਿਰਦੇ ਆ। ਇਹ ਐਕਚੁਅਲੀ ਚ ਬਸ ਜਿਵੇਂ ਪੇਰੈਂਟਸ ਨੇ ਨਾਮ ਰੱਖਤੇ, ਜਿਵੇਂ ਅਫਸਾਨਾ ਦੇ ਨਾਲ ਖਾਨ ਜੁੜਦਾ ਸੀ ਉਹਨਾਂ ਨੇ ਖਾਨ ਰੱਖਤਾ, ਔਰ ਇੱਕ ਰਜ਼ੀਆ ਸੁਲਤਾਨ ਦੇ ਮਗਰ ਖਾਨ ਨਹੀਂ ਜੁੜ ਸਕਦਾ ਸੀ, ਹੈ ਇਹ ਮੁਸਲਮਾਨ ਨਾਮ। ਅੱਛਾ ਜੀ, ਤੇ ਫਿਰ ਏਦਾਂ ਮਤਲਬ ਨਾਮ ਰੱਖਤੇ, ਖੁਦਾ ਬਖਸ਼ ਦੇ ਮਗਰ ਖਾਨ ਨਹੀਂ ਜੁੜ ਸਕਦਾ ਖੁਦਾ ਖਾਨ, ਜੋ ਕਰ ਸਕਦੇ ਆ ਬਟ ਉਹ ਅੱਛਾ ਲੱਗਦਾ ਸੀ ਖੁਦਾ ਬਖਸ਼ ਵੀ ਖੁਦਾ ਨੇ ਬਖਸ਼ਿਆ, ਏਦਾਂ ਮਤਲਬ ਨਾਮ ਰੱਖਤੇ। ਨਹੀਂ ਪਰ ਬਹੁਤ ਸੋਹਣਾ ਨਾਂ, ਥੈਂਕ ਯੂ ਜੀ, ਤੇ ਨਾਂ ਇਵੇਂ ਬਰਕਰਾਰ ਰਹਿਣ ਤੇ ਨਾਂ ਨੂੰ ਬਰਕਰਾਰ ਰੱਖਣ ਦੇ ਲਈ ਤੁਹਾਡੀ ਮਿਹਨਤ ਜਾਰੀ ਰਵੇ, ਇਹ ਸਾਰੀਆਂ ਗੱਲਾਂ ਬਹੁਤ ਜ਼ਰੂਰੀ ਆ। ਜ਼ਰੂਰੀ, ਅਸੀਂ ਅਕਸਰ ਇਹ ਗੱਲ ਕਰਦੇ ਹੁੰਦੇ ਜਦੋਂ ਕਿਸੇ ਕੁੜੀ ਦੀ ਇੰਟਰਵਿਊ ਕਰਦੇ ਆ ਨਾ, ਵੀ ਰੱਬ ਤੇਰੇ ਤੇ ਇੰਨੀ ਕੁ ਕਿਰਪਾ ਕਰੇ ਤੇ ਸਰੋਤੇ ਦਰਸ਼ਕ ਤੈਨੂੰ ਇੰਨਾ ਕੁ ਪਿਆਰ ਦੇਣ ਵੀ ਤੇਰੇ ਨਾਂ ਦੇ ਮੂਹਰੇ ਨਰਿੰਦਰ ਬੀਬਾ ਵਾਂਗੂ ਬੀਬਾ ਲੱਗ ਜੇ, ਇਹ ਕੁੜੀਆਂ ਦੇ ਨਾਂ ਦੇ ਨਾਲ ਲੱਗਦਾ ਨਹੀਂ, ਤੁਹਾਡੇ ਨਾਂ ਨਾਲ ਲੱਗ ਜੇ ਅਸੀਂ ਕਾਮਨਾ ਕਰਦੇ ਆ। ਚਲੋ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਤੁਹਾਡੇ ਨਾਲ ਜੇ ਤੁਸੀਂ ਚਾਹੋਗੇ ਤਾਂ ਸਾਰਾ ਕੁਝ ਹੀ ਹੋ ਸਕਦਾ ਹੈਗਾ, ਜੇ ਤੁਸੀਂ ਅੱਜ ਤਾਂ ਤਿਤਲੀਆਂ ਹੋਣ ਦਿਓ, ਮੜ ਗਈਆਂ ਨਾ ਵੀ ਕਦੇ ਐਸ ਫੁੱਲ ਤੇ ਕਦੇ ਉਹ ਫੁੱਲ ਤੇ ਯਾਰ ਤਿਤਲੀਆਂ ਵਰਗਾ। ਹਾਂਜੀ ਜ਼ਰੂਰ, ਸੋ ਮੈਂ ਗਾਣਾ ਗਾਣ ਜਾ ਰਹੀ ਹਾਂ ਅਫਸਾਨਾ ਦਾ, ਜਿਹੜੀ ਮੇਰੀ ਛੋਟੀ ਭੈਣ ਆ। ਹੋ ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ, ਕਦੇ
ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਯਾਰ ਮੇਰਾ ਤਿਤਲੀਆਂ ਵਰਗਾ ਨਹੀਂ ਪਤਾ ਨਹੀਂ ਕੌਣ ਸਾ ਨਸ਼ਾ ਕਰਤਾ ਹੈ ਉਹਨੂੰ ਮੜਾ ਜਾ ਉਹ ਪਤਾ ਨਹੀਂ ਜੀ ਕੌਣ ਸਾ ਨਸ਼ਾ ਕਰਤਾ ਹੈ ਯਾਰ ਮੇਰਾ ਹਰ ਇੱਕ ਸੇ ਵਫਾ ਕਰਤਾ ਹੈ ਛੁਪ ਛੁਪ ਕੇ ਬੇਵਫਾਈਓ ਵਾਲੇ ਦਿਨ ਚਲੇ ਗਏ ਆਖੋ ਮੈਂ ਆਖੇ ਡਾਲ ਕੇ ਦਗਾ ਕਰਤਾ ਹੈ ਵੇ ਮੈਂ ਜਾਣਦੀ ਤੂੰ ਮੇਰੇ ਨਾਲ ਨਿਭਾਣੀ ਨੀ ਕੋਈ ਤੇਰੀ ਪਿਆਸ ਮਿਟਾਵਾਂ ਮੈਂ ਪਾਣੀ ਨੀ ਕੋਈ ਮੇਰੇ ਸਾਹਮਣੇ ਹੀ ਤਾੜਦਾ ਏ ਹੋਰ ਕੁੜੀਆਂ ਅਗਲਾ ਕੇ ਸ਼ਰਮਾ ਦਾ ਪਰਦਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਵਾਹ ਕੀ ਬਾਤ ਹੈ ਤੁਸੀਂ ਵੀ ਬਾਖੂਬੀ ਨਵਾਇਆ ਬਹੁਤ ਸੋਹਣਾ ਤੁਸੀਂ ਵੀ ਗਾਉਂਦੇ ਹੋ ਤੇ ਦੇਖੋ ਪਤਾ ਨਹੀਂ ਉਹ ਕੌਣ ਸਾ ਨਸ਼ਾ ਕਰਤਾ ਹੈ ਵਾਹ ਬਹੁਤ ਵਧੀਆ ਬੰਦਾ ਕੋ ਕਹਿੰਦਾ ਚਿੱਟਾ ਪੀਣਾ ਸਹੀ ਗੱਲ ਕੋਈ ਕਹਿ ਵੀ ਸਕਦਾ ਵਿੱਚ ਪਾਣੀ ਬਣ ਸਕਦਾ ਹਾਂ ਵੀ ਮਾੜੀ ਗੱਲ ਹੈ ਇਹਦਾ ਨਸ਼ਾ ਵੀ ਨਹੀਂ ਕਰਨਾ ਚਾਹੀਦਾ ਪਰ ਨੈਣਾ ਦਾ ਨਸ਼ਾ ਸਰੂਰ ਜ਼ਿੰਦਗੀ ਦੇ ਵਿੱਚ ਕੁਝ ਕਰ ਦਿਖਾਉਣ ਦਾ ਨਸ਼ਾ ਹਾਂਜੀ ਇਹ ਫਿਰ ਪੰਜੇ ਭੈਣਾਂ ਹੀ ਗਾਇਕੀ ਦੇ ਪਿੰਡ ਦੇ ਵਿੱਚ ਨਿੱਠ ਨਿੱਠ ਕੇ ਗਾਉਣੀਆਂ ਵੀ ਤੇਰੇ ਨਾਲ ਵੱਧ ਗਾਣਾ ਮੈਂ ਚਲਾ ਕੇ ਦਿਖਾਉਂ ਵੈਸੇ ਬਚਪਨ 'ਚ ਅਸੀਂ ਇਹੀ ਕਰਦੇ ਸੀਗੇ ਜਦੋਂ ਅਸੀਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਅਤੇ ਸਾਰੀਆਂ ਸੁਰੀਲਾਂ ਹੀ ਗਾਉਂਦੀਆਂ ਵਧੀਆ ਗਾਉਂਦੀਆਂ ਬਹੁਤ ਸੋਹਣਾ ਗਾਉਂਦੀਆਂ ਬ੍ਰਦਰ ਵੀ ਉਦੋਂ ਵਧੀਆ ਗਾਉਂਦਾ ਗਾ ਫਿਰ ਅਸੀਂ ਜਦੋਂ ਬੈਠ ਜਾਣਾ ਇਕੱਠਿਆਂ ਨੇ ਅਤੇ ਫਿਰ ਗਾਉਣਾ ਸ਼ੁਰੂ ਕਰ ਦੇਣਾ ਮੈਂ ਅਫਸਾਨਾ ਕਹਿੰਦੀ ਮੈਂ ਗਾ ਕੇ ਦਿਖਾਉਣੀ ਹੈ ਮੈਂ ਵਧੀਆ ਉੱਚਾ ਸੁਰ ਲਾਉਂਗੀ ਮੈਂ ਕਹਿੰਦੀ ਨਹੀਂ ਐਂ ਕਰਕੇ ਐਂ ਗਾ ਮੈਂ ਗਾ ਕੇ ਦਿਖਾਉਣੀ ਹੈ ਤੈਨੂੰ ਫਿਰ ਅਸੀਂ ਸਾਰਾ ਐਂ ਕੰਪੀਟੀਸ਼ਨ ਕਰਦੇ ਘਰੇ ਬੈਠ ਕੇ ਇਹ ਤੁਹਾਡੇ ਤੋਂ ਅੱਗੇ ਜਾਗ ਲੱਗੀ ਕਿ ਸਾਰੀਆਂ ਨੇ ਕਿਹਾ ਵੀ ਅਸੀਂ ਵੀ ਗਾਇਕੀ ਦੇ ਖੇਤਰ 'ਚ ਆਉਣਾ ਹੈ ਕਿ ਅਫਸਾਨਾ ਤੋਂ ਬਾਅਦ ਤੁਸੀਂ ਸੋਚਿਆ ਕਿ ਜੇ ਉਹ ਇੱਧਰ ਆ ਸਕਦੇ ਨੇ ਤਾਂ ਤੁਸੀਂ ਵੀ ਆ ਸਕਦੇ ਹੋ ਐਕਚੁਅਲੀ 'ਚ ਮੈਂ ਸੈਕਿੰਡ ਨੰਬਰ 'ਤੇ ਆਉਂਦੀ ਹਾਂ ਮੇਰੇ ਸਿਸਟਰ ਮੈਥੋਂ ਵੱਡੇ ਆ ਅਤੇ ਮੇਰੇ ਫਾਦਰ ਸਾਹਿਬ ਵੀ ਗਾਉਂਦੇ ਸੀ ਬਹੁਤ ਪਿਆਰਾ ਗਾਉਂਦੇ ਸੀਗੇ ਅਤੇ ਤੁਹਾਨੂੰ ਪਤਾ ਜਦੋਂ ਫਾਦਰ ਸਾਹਿਬ ਗਾਉਂਦੇ ਆ ਤਾਂ ਸਾਨੂੰ ਬਲੱਡ ਰਾਈਂ ਗਾਇਕੀ ਮਿਲਦੀ ਆ ਅਤੇ ਫਿਰ ਸਟਾਰਟਿੰਗ ਤੋਂ ਵੱਡੇ ਭੈਣ ਤੋਂ ਬਹੁਤ ਸੋਹਣਾ ਗਾਉਂਦੇ ਆ ਉਹਨਾਂ ਨੇ ਮੇਰੇ ਨਾਲ ਗਾਣਾ ਗਾਇਆ ਨੀਤੂ ਖਾਨ ਨੇ ਅਤੇ ਫਿਰ ਉਸ ਤੋਂ ਬਾਅਦ ਮੈਨੂੰ ਵੀ ਸ਼ੌਂਕ ਪੈ ਗਿਆ ਅਤੇ ਫਿਰ ਚਲੋ ਮੈਂ ਥੋੜ੍ਹਾ ਜਿਹਾ ਫੈਮਿਲੀ ਦੇ ਵਿੱਚ ਰਹਿ ਗਈ ਵੀ ਮੈਂ ਮੰਮਾ ਦੇ ਨਾਲ ਸਾਥ ਦਿੰਦੀ ਰਹੀ ਕਿਉਂਕਿ ਅਫਸਾਨਾ ਖੁਦਾ ਛੋਟੇ ਸੀਗੇ ਅਤੇ ਉਹ ਫਿਰ ਸਕੂਲਾਂ ਕਾਲਜਾਂ ਦੇ ਕਰਕੇ ਉਹਨਾਂ ਨੇ ਜ਼ਿਆਦਾ ਮਤਲਬ ਉਹਦਾ ਕਦਮ ਚੱਕਿਆ ਵਧੀਆ ਉਹਨਾਂ ਸੁਪਰ ਹਿੱਟ ਗਏ ਆ ਵਧੀਆ ਕਰ ਰਹੇ ਆ ਅਤੇ ਮੈਂ ਸਟਾਰਟ ਕਰ ਹੋ ਚੁੱਕਿਆ ਸੀ ਮੇਰਾ ਵੀ ਬਟ ਜ਼ਿਆਦਾ ਕਾਮਯਾਬੀ ਅਫਸਾਨਾ ਨੂੰ ਪਹਿਲਾਂ ਮਿਲੀ ਆ ਹਾਂਜੀ ਅਤੇ ਮੈਂ ਫਿਰ ਹੁਣ ਸਟਾਰਟ ਕਰ ਰਹੀ ਹਾਂ ਮੇਰੀ ਮੈਰਿਜ ਤੋਂ ਬਾਅਦ ਵੀ ਮੈਂ ਸਟਾਰਟ ਕੀਤਾ ਮੈਰਿਜ ਤੋਂ ਪਹਿਲਾਂ ਵੀ ਮੈਂ ਗਾਉਂਦੀ ਸੀਗੀ ਜੀ ਹਾਂਜੀ ਬਹੁਤ ਖੂਬ ਹਾਂਜੀ ਤੇ ਤੁਹਾਡੇ ਵੀ ਗਾਣੇ ਬਹੁਤ ਮਕਬੂਲ ਹੋਣ ਇਹਦੀ ਅਸੀਂ ਕਾਮਨਾ ਕਰਦੇ ਹਾਂ ਥੈਂਕ ਯੂ ਜੀ ਤੁਸੀਂ ਸਭ ਤੋਂ ਅੱਗੇ ਨਿਕਲ ਜਾਓ ਥੈਂਕ ਯੂ ਸਾਨੂੰ ਕੋਈ ਇਤਰਾਜ਼ ਨਹੀਂ ਥੈਂਕ ਯੂ ਸਰ ਬਹੁਤ ਚੰਗਾ ਲੱਗੇ ਥੈਂਕ ਯੂ ਤੁਹਾਡੇ ਹੁਣ ਤੱਕ ਮੇਰਾ ਖਿਆਲ ਵੀ 8-9 ਗੀਤ ਆਏ ਆ ਹਾਂਜੀ ਉਹਦੇ ਵਿੱਚੋਂ ਕੁਝ ਕੁ ਜਿਹੜੇ ਆ ਉਹ ਚਰਚਿਤ ਵੀ ਹੋਏ ਇੱਕ ਪਾਗਲ ਗਾਣਾ ਜਿਹੜਾ ਹਾਂਜੀ ਉਹ ਫਿਰ ਤੁਸੀਂ ਜਦੋਂ ਹੁਣ ਗਾਇਕੀ ਦੇ ਵਿੱਚ ਵਿਚਰਦੇ ਆ ਅੱਜ ਕੱਲ੍ਹ ਕਿਸੇ ਦੇ ਉੱਤੇ ਖਰਚਾ ਕਰਨਾ ਹੋਵੇ ਨਾ ਤੇ ਉਹ ਬਾਉਂਡ ਜਿਹਦੇ ਨੂੰ ਕਹਿੰਦੇ ਵੀ ਕਰਾਰਬੱਧ ਕਰ ਲੈਂਦੇ ਆ ਵੀ ਪੈਸੇ ਮੈਂ ਲਾਊ ਤੇ ਬਾਅਦ ਵਿੱਚ 40% ਤੂੰ ਲੈ ਲਈ 60 ਮੈਂ ਰੱਖੂ ਕੁਛ ਏਦਾਂ ਦਾ ਤੁਹਾਡੇ ਨਾਲ ਵੀ ਆ ਐਕਚੁਅਲੀ ਮੈਂ ਬੌਂਡ ਆ ਮੇਰੇ ਬ੍ਰਦਰ ਵਿੱਕੀ ਨਾਗਰਾ ਜੀ ਆ ਅਤੇ ਉਹਨਾਂ ਨਾਲ ਮੇਰਾ ਕੋਈ ਇੱਦਾਂ ਦਾ ਨਹੀਂ ਹੈਗਾ ਵੀ ਉਹਨਾਂ ਨੇ ਮੈਨੂੰ ਫੋਰਸ ਕੀਤਾ ਵੀ ਆਪਾਂ ਇਸ ਤਰ੍ਹਾਂ ਕਰਕੇ ਉਹ ਜਿਵੇਂ ਫੈਮਿਲੀ ਮੇਰੀ ਕਰਦੀ ਆ ਮੇਰੇ ਨਾਲ ਸਪੋਰਟ ਕਰਦੀ ਆ ਉਹ ਮੇਰਾ ਉੱਦਾਂ ਸਪੋਰਟ ਕਰਦੇ ਆ ਬਹੁਤ ਨਾਈਸ ਬੰਦੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰੂੰਗੀ ਮੈਂ ਇੰਟਰਵਿਊ 'ਚ ਕਦੇ ਉਹਨਾਂ ਦਾ ਨਾਂ ਨਹੀਂ ਲਿਆ ਵਿਚਾਰਿਆਂ ਦਾ ਬਟ ਮੈਂ ਅੱਜ ਲੈ ਰਹੀ ਹਾਂ ਚੱਜ ਦੇ ਵਿਚਾਰ ਵਿੱਚ ਅਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੇਰੀ ਫੁੱਲ ਸਪੋਰਟ ਕਰਦੇ ਆ ਜਿਵੇਂ ਮੇਰੀ ਫੈਮਿਲੀ ਸਪੋਰਟ ਕਰਦੀ ਆ ਮੈਨੂੰ ਉਹ ਮੇਰੇ ਉੱਦਾਂ ਸਪੋਰਟ ਕਰਦੇ ਆ ਪਹਿਲਾ ਗਾਣਾ ਕਿਹੜਾ ਆਇਆ ਸੀ ਤੁਹਾਡਾ ਸਭ ਤੋਂ ਪਹਿਲਾਂ ਗਾਣਾ ਮੈਂ ਦੋ ਪਾਕਿਸਤਾਨੀ ਗਾਣੇ ਕੀਤੇ ਸੀ ਰੱਬਾ ਯਾਰ ਮਿਲਾ ਦੇ ਮੇਰਾ ਉਹ ਮੈਂ ਕਵਰ ਸੌਂਗ ਕੀਤਾ ਸੀਗਾ ਅੱਛਾ ਜੀ ਨਸੀਬੋ ਲਾਲ ਜੀ ਦਾ ਫਿਰ ਉਸ ਤੋਂ ਬਾਅਦ ਮੂਜ਼ ਵਰਗ ਸੌਂਗ ਆਇਆ ਕਿਹੜਾ ਜੀ ਮੂਜ਼ ਵਰਗ ਹਾਂਜੀ ਅੱਛਾ ਤੇ ਫਿਰ ਉਸ ਤੋਂ ਬਾਅਦ ਤੂਤੀ ਬੋਲੇ ਹਾਂਜੀ ਫਿਰ ਸਤੀ ਥਿੰਦ ਜੀ ਨਾਲ ਆਇਆ ਸੀ ਸਲੂਟ ਗਾਣਾ ਅੱਛਾ ਜੀ ਫਿਰ ਹੁਣ ਉਸ ਤੋਂ ਬਾਅਦ ਉਡਾਰੀ ਗਾਣਾ ਆਇਆ ਮੇਰਾ ਮੈਂ ਪਾਕਿਸਤਾਨੀ ਕਵਰ ਸੌਂਗ ਕੀਤਾ ਸੀਗਾ ਜੀ ਤੇ ਹੁਣ ਮੇਰਾ ਪਾਗਲ ਸੌਂਗ ਆਇਆ ਹਾਂਜੀ ਤੇ ਆਪਾਂ ਜਿਹੜਾ ਵੀ ਇਹਨਾਂ ਚੋਂ ਤੁਹਾਨੂੰ ਸਭ ਤੋਂ ਵੱਧ ਚੰਗਾ ਲੱਗਦਾ ਪਹਿਲਾਂ ਪਾਕਿਸਤਾਨੀ ਸੌਂਗ ਆ ਜਿਹੜਾ ਗਾਇਕ ਗੀਤਾ ਉਹਦੇ ਬੋਲ ਹੋ ਜਾਣ ਸਥਾਈ ਤੇ ਅੰਤਰਾ ਠੀਕ ਹੈ ਜੀ ਓ ਸਿਆ ਪਾਪਾ ਦਿਨ ਲੰਘਦਾ ਏ ਤੇ ਨਾਲੇ ਰਾਤਾਂ ਗਿਣ ਗਿਣ ਤਾਰੇ ਓ ਤੱਕ ਤੱਕ ਸੁਨਿਆਰਾ ਨੂੰ ਮੇਰੇ ਰੋਂਦੇ ਨੇ ਨੈਣ ਵਿਚਾਰੇ ਹੈ ਰੱਬਾ ਯਾਰ ਮਿਲਾ ਦੇ ਤੂੰ ਮੇਰਾ ਮੈਂ ਹੋਰ ਕੁਝ ਨਹੀਂ ਮੰਗਦੀ ਕਿਹੜਾ ਮੁੱਲ ਲੱਗਦਾ ਏ ਤੇਰਾ ਮੈਂ ਹੋਰ ਕੁਝ ਨਹੀਂ ਮੰਗਦੀ
हाय रब यार मिला दे तू मेरा, मैं होर कुछ नहीं मंगदी। बहुत खूब, हाँ जी बहुत सोहना गाने। थैंक यू। कुड़ियां चंगा गाउन, हाँ जी, ते चंगा प्रभाव सिरजन, हाँ जी, कामना कर दे क्योंकि अजकल ना मकबूल होना, हाँ जी, जिवें कि बलवंत गार्गी साहब ने लिखा कि मशहूर ते महान होने च बहुत अंतर आ। मशहूर तो एक दो उट पटांग दीआं गल्लां करके जदों मर्जी हो जाओ, हो जाओ, हाँ, महान होण दे लई बहुत लंबी घालना घालनी पैंदी है। हाँ जी, तुसी महानता वाला रुतबा हासिल करो किसी मुकाम ते जाके, इहदी कामना करदे आ जी। बिल्कुल, पर गल इह है कि जदों तुसी इस खेतर दे विच विचरदे हो, हाँ जी, हाँ जी, उस वेले बहुत सारियां औकड़ां, बहुत सारियां मुसीबतां कह लो, बहुत सारियां चैलेंजेस, बहुत सारे जिहड़े सामने आउंदे ने, क्योंकि एक कुड़ी होण दा नाते इस खेतर दे विच विचरना थोड़ा जिहा वखरा है, एक मुंडा होण दे नाते थोड़ा जिहा वखरा है। सो कदे कोई औकड़ इहो जी सामने आई होवे? नहीं, इदा तो कोई औकड़ नहीं आई, क्योंकि असी सारिया भैनों ने काम किया ना, तो मुंडिया वांग ही किया, कोई कुड़िया वाली कोई गल ही नहीं रही। मतलब जिमें कोई अजकल थोनू पता ही है चलते रहेंगे इस लाइन के विच है भी आ, बट जे बंदा सही है तो नहीं है वह बंदा आपके तरीके काम करता गा, बट इदा की कोई औकड़ नहीं आएगी। चलो स्ट्रगल है, कामयाबी हजे आप हासिल करनी है, जिहड़ी चीज़ से आप पहुँचना वह करनी है हासिल, बट मैं ऐ भी हौली हौली हो जाएगी। पिछे जी गल की गाना असीं पंजे भैण भरा करांगे, क्योंकि सारे सुरीला गाउंदे आगे, ते थोड़ा जिहा मौका नहीं मिलिया, एक गाणा सानू उदां दा मिलिया नहीं हजे, जे सानू गाणा मिल गया साडे पंजा भैण भी सारी दुनिया सुने वधिया उहनू बैठ के परिवारिक गाणा होवे, छोटी लगता भी जो लड़ाई झगड़ा भी होंगे गाल गुप्पड़ भी चलता उत्थे, हूरे हारे मुक्के मक्के भी चलते कई बारी, ते फिर ऐ लगता भी भैण दा घरेलू तजर्बा काम आ रहा। अगली चीज अफसाना है भी स्ट्रॉन्ग थोड़ी जी, आवाज पूरी दमदार आ गायकी च भी, बोलन च भी बंदा दूसरा देखने वाला देख के घबरा जांदा भी यार कोई खतरनाक गल आ, भी कुछ अगो कुछ कह ना दे, मेरा सुभाव थोड़ा जा ठीक जाएगा, मतलब ओदा हैगा गा, ते उत्थे जाके तोने आगे मचाते। जो गए इंडियन आइडल च खुदा बख्श सरप्राइज दिता सी मैं मम्मी असी दोनों गए, खुदा बख्श स्टेज ते बोल रहे मम्मी जहाज ते चढ़ के आए हो, जो चल रहा लाइव चल रहा है ਮੰਮਾ ਤੁਸੀਂ ਜਹਾਜ ਤੇ ਕਿਵੇਂ ਆ ਗਏ, ਮੰਮੀ ਕਹਿੰਦੀ ਠੀਕ ਆ ਠੀਕ ਆ ਬੇਟਾ, ਮੰਮੀ ਗੱਲ ਬਾਅਦ ਚ ਦੱਸੀ ਜਾਣ ਮੰਮਾ, ਮੰਮੀ ਕਹਿੰਦੀ ਖੁਦਾ ਬਖਸ਼ ਮੈਨੂੰ ਐ ਪੁੱਛਿਆ, ਐ ਨੀ ਪੁੱਛੇ ਮੰਮੀ ਤੁਸੀਂ ਠੀਕ ਠਾਕ ਪਹੁੰਚ ਗਏ, ਉਹ ਦੇਖਣ ਵਾਲੇ ਨੂੰ ਤਾਂ ਐਂ ਲੱਗਦਾ ਸੀ ਵੀ ਬਹੁਤ ਵੱਡੀ ਗੱਲ ਕਰੇ, ਮੰਮਾ ਵੀ ਵਧੀਆ ਗੱਲ ਤੁਸੀਂ ਇੱਥੇ ਪਹੁੰਚ ਗਏ ਸਰਪ੍ਰਾਈਜ਼ ਆ ਮੇਰੇ ਲਈ, ਪੁੱਛਿਆ ਉਹਨੇ ਇਹੀ ਸੀਗਾ ਮੰਮੀ ਤੁਸੀਂ ਜਹਾਜ ਤੇ ਚੜ੍ਹ ਕੇ ਕਿਵੇਂ ਆ ਗਏ। ਦੇਖੋ ਆਪਾਂ ਸਧਾਰਨ ਪਰਿਵਾਰਾਂ ਚ ਪੈਦਾ ਹੋਏ ਲੋਕ, ਸਾਡੇ ਸਧਾਰਨ ਜੇ ਛੋਟੇ ਛੋਟੇ ਜਿਹੜੇ ਚਾਹ ਇਹੀ ਅਸੀਂ ਵੱਡੇ ਕਰ ਲੈਂਦੇ ਹਾਂ, ਇਹੀ ਸਾਡਾ ਸਰਮਾਇਆ, ਇਹੀ ਸਾਡਾ ਗਹਿਣਾ, ਅਸੀਂ ਕਿਹੜਾ ਆਏ ਹਾਂ ਵੀ ਭਾਈ ਐਸੇ ਕਰੂੰਗਾ ਮੈਂ ਪੈਰਿਸ ਮੇ ਜਾ ਕੇ ਡਿਨਰ ਕਰਨਾ ਕਿਸੇ ਦਿਨ, ਮੈਂ ਏਦਾਂ ਦੀ ਤਾਂ ਗੱਲ ਹੀ ਹੈ ਨੀ ਆਪਣੀ। ਬਿਲਕੁਲ ਸਹੀ ਹੈ, ਇਹ ਛੋਟੇ ਛੋਟੇ ਸੁਪਨੇ ਹੀ ਜਦੋਂ ਹਕੀਕਤ ਦਾ ਰੂਪ ਲੈਂਦੇ ਨੇ ਤੇ ਫਿਰ ਬੰਦੇ ਦੇ ਵੈਸੇ ਹੀ ਨਹੀਂ ਚਾਹ ਸਾਂਭੇ ਜਾਂਦੇ ਹਨਾ। ਸੋ ਖੈਰ ਤੁਹਾਡੀ ਗਾਇਕੀ ਦੀ ਗੱਲ ਕਰਦੇ ਹਾਂ, ਜਦੋਂ ਕਿਤੇ ਲੋਕਾਂ ਦੇ ਸਾਹਮਣੇ ਗਾਉਣਾ ਹੁੰਦਾ, ਦੇਖੋ ਇੱਕ ਸਟੂਡੀਓ ਦੇ ਵਿੱਚ ਜਦੋਂ ਰਿਕਾਰਡਿੰਗ ਹੋ ਰਹੀ ਹੈ ਉਹ ਇੱਕ ਵੱਖਰਾ ਵਿਸ਼ਾ, ਪਰ ਜਦੋਂ ਲੋਕਾਂ ਦੇ ਸਾਹਮਣੇ ਖੜ ਕੇ ਗਾਉਣਾ ਉਦੋਂ ਪ੍ਰਤੀਕਿਰਿਆ ਨਾਲੋਂ ਨਾਲ ਆਉਂਦੀ ਹੈ ਹਨਾ, ਫਿਰ ਉਹ ਤਜਰਬਾ ਕਿਹੋ ਜਿਹਾ ਹੁੰਦਾ? बस ये ऑडियंस के हिसाब नाल हुंदा, जे ऑडियंस खुश हुंदी ना फिर सानू गायकी अंदरों आउंदी आ, फिर उन्हां दे टाइप दे गाने आउंदे आ, फिर वो खुश हो जांदे आ, फिर असी भी खुश हुंदे आ वी हाँ अज मैं बहुत वधिया काम कीता, ते जदों ऑडियंस दा वधिया प्यार मिलदा गा
ਪਰ ਸ਼ੁਰੂਆਤ ਦੇ ਵਿੱਚ ਤਾਂ ਇੱਕ ਮਨ ਦੇ ਵਿੱਚ ਥੋੜਾ ਜਿਹਾ ਹੁੰਦਾ ਬੰਦੇ ਨੂੰ ਥੋੜਾ ਜਿਹਾ, ਇੱਕ ਵਾਰੀ ਜਦੋਂ ਸਟਾਰਟਿੰਗ ਤੇ ਜਿਵੇਂ ਆਪਾਂ ਇੰਟਰਵਿਊ ਦੇਣ ਬੈਠੀ ਮੈਂ ਥੋੜਾ ਜਿਹਾ ਦਿਲ ਆਇਆ ਹੋਇਆ ਵੀ ਪਤਾ ਨੀ ਕੀ ਹੋਊਗਾ, ਕਿਉਂਕਿ ਹਰ ਇੱਕ ਨਵਾਂ ਕੰਮ ਆਪਾਂ ਕਰਦੇ ਆ ਥੋੜਾ ਜਿਹਾ ਦਿਲ ਤਾਂ ਘਬਰਾਉਂਦਾ ਹੀ ਆ, ਫਿਰ ਉਦੋਂ ਬਾਅਦ ਸੈੱਟ ਹੋ ਜਾਂਦਾ ਮਾਹੌਲ। ਤੁਹਾਡਾ ਪਾਗਲ ਗਾਣਾ ਆਇਆ ਪਿੱਛੇ ਜੇ, ਹਾਂਜੀ ਮੈਂ, ਮੈਨੂੰ ਚੰਗਾ ਲੱਗਾ ਉਹ ਤੇ ਮੈਨੂੰ ਜਦੋਂ ਤੁਸੀਂ ਦੱਸਿਆ ਨਾ ਵੀ ਪਾਗਲ ਗਾਣਾ ਸੀ, ਮੈਂ ਕਿਹਾ ਕਿਤੇ ਦੂਜਾ ਨਾ ਹੋਵੇ ਇਹ ਲੜਕੀ ਪਾਗਲਾ ਪਾਗਲਾ ਪਾਗਲਾ, ਪਰ ਉਹ ਇਹਨਾਂ ਦਾ ਨਹੀਂ ਹੈਗਾ, ਉਹ ਮਾੜਾ ਜਿਹਾ ਪਾਗਲ ਆਉਣ ਦਿਓ ਜੀ। ਠੀਕ ਹੈ, ਮੈਂ ਕੋਸ਼ਿਸ਼ ਕੀਤੀ ਏ ਤੈਨੂੰ ਭੁੱਲ ਜਾਵਣ ਦੀ, ਵੇ ਤੂੰ ਕਸਮ ਵੀ ਝੂਠੀ ਖਾਈ ਸੀ ਮੇਰੇ ਕੋਲ ਆਵਣ ਦੀ, ਮੈਨੂੰ ਚੈਨ ਨਾ ਮਿਲਿਆ ਜ਼ਿੰਦਗੀ ਚੋਂ ਕੀ ਪੁੱਛਦਾ ਮੇਰੇ ਹਾਲਾਤਾਂ ਤੋਂ, ਹੈ ਮੈਨੂੰ ਪਾਗਲ ਕਰਕੇ ਰੱਖ ਦਿੱਤਾ ਨਾ ਸਮਝਿਆ ਤੂੰ ਜਜ਼ ਬਾਤਾਂ ਤੋਂ। ਬਹੁਤ ਖੂਬ, ਥੋੜਾ ਜਿਹਾ ਹੋਰ। ਹਾਏ ਜਾਂਦਾ ਜਾਂਦਾ ਮੇਰੇ ਕੁਝ ਸਵਾਲ ਤੇ ਦੱਸ ਦਿੰਦਾ, ਇਸ ਤੋੜੇ ਹੋਏ ਦਿਲ ਤਾਂ ਕੋਈ ਲਾਸ ਤੇ ਦੱਸ ਦਿੰਦਾ, ਹਾਏ ਜਾਂਦਾ ਜਾਂਦਾ ਮੇਰੇ ਕੁਝ ਸਵਾਲ ਤੇ ਦੱਸ ਦਿੰਦਾ, ਇਸ ਤੋੜੇ ਹੋਏ ਦਿਲ ਦਾ ਕੋਈ ਇਲਾਜ ਤੇ ਦੱਸ ਦਿੰਦਾ, ਹੁਣ ਕਿੱਥੋਂ ਲੱਭਦਾ ਪਿਆਰ ਇਹਨਾਂ ਕਾਲੀਆਂ ਰਾਤਾਂ ਚੋਂ, ਹੈ ਮੈਨੂੰ ਪਾਗਲ ਕਰਕੇ ਛੱਡ ਦਿੱਤਾ ਨਾ ਸਮਝਿਆ ਤੂੰ ਜਜ਼ ਬਾਤਾਂ ਤੂੰ। ਬਹੁਤ ਖੂਬ, ਬਹੁਤ ਹੀ ਕਮਾਲ, ਤੁਹਾਡੀ ਬਹੁਤ ਵਧੀਆ ਸੁਰ ਪਕੜਾ, ਬਹੁਤ ਕਮਾਲ ਦੀ ਤੁਹਾਡੀ ਗਾਇਕੀ ਆ, ਇਹ ਬਿਲਕੁਲ ਇਵੇਂ ਚੜ੍ਹਦੀ ਕਲਾ ਦੇ ਵਿੱਚ ਰਹੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਥੈਂਕ ਯੂ ਸਰ। ਉਹਦਾ ਕਦੇ ਕਦੇ ਐਂ ਜਿਹੜੇ ਲੱਗਦਾ ਵੀ ਭੈਣ ਛੋਟੀ ਅੱਗੇ ਨਿਕਲ ਗਈ? ਨਹੀਂ ਨਹੀਂ, ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ, ਮੈਨੂੰ ਐਂ ਲੱਗਦਾ ਵੀ ਚਲੋ ਸਾਡੀ ਜਿਹੜੀ ਬੈਕਗ੍ਰਾਉਂਡ ਸੀ ਉਹ ਸੁਧਰ ਗਈ, ਕਿਸੇ ਨੇ ਵੀ ਸੈੱਟ ਕੀਤੀ ਆ, ਜੇ ਇਹੀ ਮੁੰਡਾ ਹੁੰਦੀ, ਇਹ ਮੁੰਡਿਆਂ ਵਰਗੀ ਹੈ ਵੈਸੇ ਤਾਂ ਕੁੜੀ ਸਾਡੀ ਅਫਸਾਨਾ, ਤੇ ਖੁਦਾ ਬਖਸ਼ ਨੇ ਕੰਮ ਜਿਹੜਾ ਕਰਨਾ ਸੀ ਪਹਿਲਾਂ ਉਹਨੇ ਕਰਤਾ, ਹੈ ਬਹੁਤ ਵਧੀਆ ਲੱਗਿਆ, ਫਿਰ ਖੁਦਾ ਬਖਸ਼ ਵੀ ਹੁਣ ਵਧੀਆ ਕਰ ਰਿਹਾ ਹੈਗਾ, ਇੰਡੀਅਨ ਆਈਡਲ ਦਾ ਰਨਰ ਅਪ ਰਿਹਾ ਉਹ, ਤੇ ਵਧੀਆ ਸਪੋਰਟ ਕਰਦਾ ਤੇ ਵਧੀਆ ਚੱਲ ਰਹੇ ਆ, ਜ਼ਿੰਦਗੀ ਭਰ ਉਹ ਵੈਸੇ ਵੀ ਮਦਦ ਕਰਦੇ ਵੀ ਆਹ ਤੇਰਾ ਫਿਲਮ ਚ ਗਾਣਾ ਗਵਾਉਣੇ ਆ, ਆਹ ਤੈਨੂੰ ਇੱਥੇ ਲੈ ਕੇ ਜਾਣੇ ਆ, ਕਿ ਬਸ ਉਸ ਦਿਨ ਤੱਕ ਹੀ ਹੁੰਦਾ ਵੀ ਮੁਕਾਬਲੇ ਚ ਜੇਤੂ ਕੌਣ ਹਾਰਿਆ ਕੌਣ? ਇੱਕ ਗੱਲ ਤੇ ਇਹ ਮੈਂ ਉੱਥੇ ਨੋਟ ਕੀਤੀ ਹੈ ਵੀ ਵਿਨਰ ਕੋਈ ਵੀ ਹੋਵੇ, ਉਹ ਜਦੋਂ ਸ਼ੀਲਡ ਮਿਲੀ ਹੈਗੀ ਉਹ ਬਹੁਤ ਵੱਡੀ ਸਾਡੇ ਲਈ ਅਚੀਵਮੈਂਟ ਸੀਗੀ, ਫਿਰ ਉਹਨਾਂ ਨੇ ਜਿਵੇਂ ਜਿਵੇਂ ਹੁਣ ਜੇਬ ਕਿਸਮਤ ਦੇ ਵਿੱਚ ਹੈ ਖੁਦਾ ਦੇ, ਉਹਨਾਂ ਨੇ ਗਾਣਾ ਵੀ ਕਰਵਾਇਆ ਸੀ, ਪਲਟਨ ਮੂਵੀ ਆਈ ਸੀਗੀ ਉਹਦੇ ਵਿੱਚ ਗਾਣਾ ਸੀਗਾ ਖੁਦਾ ਬਖਸ਼ ਦਾ, ਅਤੇ ਉਹ ਜਿਵੇਂ ਜਿਵੇਂ ਫਿਰ ਮੌਕਾ, ਜੇ ਬੰਦੇ ਦੀ ਤਰੱਕੀ ਹੈਗੀ ਹੈ ਕਰਮਾਂ 'ਚ ਫਿਰ ਉਹਨੂੰ ਮੌਕੇ ਮਿਲਦੇ ਹੈਗੇ, ਅਤੇ ਪਰ ਰਿਐਲਿਟੀ ਸ਼ੋਅ ਵਾਲੇ ਕੋਈ ਨਾ ਕੋਈ ਹਮਲਾ ਮਾਰਦੇ ਆ, ਫੜਦੇ ਆ ਅੱਗੇ ਲੈ ਕੇ ਜਾਂਦੇ ਆ, ਇਹ ਨਹੀਂ ਵੀ ਤੈਨੂੰ ਭਾਈ ਜਿੱਤ ਗਿਆ ਹਾਰ ਗਿਆ ਇੱਥੇ ਛੱਡਤਾ, ਨਹੀਂ ਨਹੀਂ, ਹੁਣ ਤੇਰਾ ਮੈਦਾਨ ਆ ਜਿਵੇਂ ਮਰਜ਼ੀ ਖੇਡ, ਉਹਨਾਂ ਨੇ ਫੁੱਲ ਸਪੋਰਟ ਕੀਤੀ ਸੀ ਖੁਦਾ ਬਖਸ਼ ਦੀ। ਅੱਛਾ, ਕਿੰਨਾ ਹੀ ਨਾਮ ਬਣ ਗਿਆ ਉਹ ਸ਼ੋਅ ਕਰਨ, ਉਹ ਸਾਡੇ ਲਈ ਤਾਂ ਉਹ ਵੀ ਬਹੁਤ ਵੱਡੀ ਗੱਲ ਆ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਪਲਟਨ ਮੂਵੀ 'ਚ ਗਾਣਾ ਦਿੱਤਾ, ਜਿੰਨੇ ਵੀ ਉੱਥੇ ਜੱਜਸ ਸੀ ਉਹਨੂੰ ਕਾਲ ਕਰਦੇ ਆ, ਫੋਨ ਕਰਦੇ, ਕੰਮ ਵਗੈਰਾ ਦਿੰਦੇ ਹੀ ਰਹਿੰਦੇ ਉਹਨਾਂ ਨੂੰ। ਬਹੁਤ ਖੂਬ, ਹਾਂਜੀ, ਨਹੀਂ ਫਿਰ ਤਾਂ ਠੀਕ ਆ, ਚੰਗੀ ਚੀਜ਼ ਆ, ਠੀਕ ਆ। ਸਾਨੂੰ ਕੁਝ ਕਲਾਕਾਰਾਂ ਨੇ ਗੱਲ ਦੱਸੀ ਵੀ ਭਾਈ ਸਾਡੀ ਜ਼ਿੰਦਗੀ ਦੇ ਵਿੱਚ ਸੰਘਰਸ਼ ਉਵੇਂ ਹੀ ਰਹਿ ਗਿਆ, ਓਕੇ, ਭਾਵੇਂ ਅਸੀਂ ਟੀਵੀ ਚੈਨਲ ਦੇ ਉੱਤੇ ਆਉਂਦੇ ਰਹੇ ਆ, ਹਰ ਰੋਜ਼ ਸਾਨੂੰ ਅੱਧਾ ਪੌਣਾ ਘੰਟਾ ਲੋਕ ਦੇਖਦੇ ਸੀ, ਦੇਖਦੇ ਸੀ ਵੀ ਮੁਕਾਬਲੇ 'ਚ ਵੋਟਾਂ ਇੰਨੀਆਂ ਪੈ ਗਈਆਂ, ਆ ਪਿੱਛੇ ਰਹਿ ਗਿਆ, ਅੱਗੇ ਰਹਿ ਗਿਆ, ਹਾਂਜੀ, ਇਲਿਮੀਨੇਟ ਹੁੰਦਾ ਜੀ, ਇਲਿਮੀਨੇਟ, ਹਾਂ, ਇਹਨੂੰ ਬਾਹਰ ਕੱਢਤਾ, ਇਹਨੂੰ ਐਂ ਕਰਤਾ, ਪਰ ਮਸਲਾ ਓਡੇ ਦਾ ਓਡਾ ਹੀ ਰਿਹਾ, ਰੋਟੀ ਦਾ ਮਸਲਾ ਨਹੀਂ ਹੱਲ ਹੋਇਆ। ਮੈਂ ਉਹੀ ਤਾਂ ਕਹਿਣੀ ਆ ਵੀ ਉਹ ਕਿਸਮਤ 'ਤੇ ਡਿਪੈਂਡ ਆ, ਜੇ ਉਹ ਕਿਸਮਤ ਦੇ ਉਹ ਇੱਕ ਵਿਨਰ ਮੁੰਡਾ ਬਣਿਆ ਸੀ, ਮੈਨੂੰ ਉਹ ਅਸੀਂ ਦੇਖਿਆ ਹੀ ਨਹੀਂ ਮੁੜ ਕੇ, ਉਹ ਖੁਦਾ ਬਖਸ਼ ਦੇ ਨਾਲ ਸੀ, ਉਹ ਮੁੰਡਾ ਸਾਊਥ ਦਾ ਸੀ, ਪਤਾ ਨਹੀਂ ਕਿਹੜੇ ਸਟੇਟ ਦਾ ਸੀਗਾ, ਅਤੇ ਉਹ ਵਿਨਰ ਬਣਿਆ ਸੀ, ਸਾਰੇ ਕਹਿੰਦੇ ਸੀ ਵੀ ਖੁਦਾ ਬਖਸ਼ ਵਿਨਰ ਬਣਨਾ ਚਾਹੀਦਾ, ਸਾਨੂੰ ਵੀ ਇਹ ਸੀ ਵੀ ਖੁਦਾ ਬਖਸ਼ ਦੀ ਇੱਥੇ ਪੋਜੀਸ਼ਨ ਸੀਗੀ, ਖੁਦਾ ਬਖਸ਼ ਨੇ ਇਹ ਨਹੀਂ ਸੋਚਿਆ, ਕਹਿੰਦਾ ਮੰਮਾ ਕੋਈ ਗੱਲ ਨਹੀਂ, ਵਿਨਰ ਕੋਈ ਵੀ ਹੋਵੇ, ਮੈਨੂੰ ਇੰਨੀ ਮੇਰੇ ਲਈ ਇੱਡੀ ਵੱਡੀ ਗੱਲ ਆ ਵੀ ਮੈਂ ਇੱਥੋਂ ਤੱਕ ਪਹੁੰਚ ਗਿਆ ਜੀ, ਬਿਲਕੁਲ, ਹੈ ਥੋੜ੍ਹੀ ਨਿੱਕੀ ਛੋਟੀ ਜਗ੍ਹਾ ਤੋਂ ਆਪਾਂ ਉੱਠਦੇ ਹਾਂ, ਛੋਟੇ ਜਿਹੇ ਪਿੰਡ 'ਚ ਉੱਠਦੇ ਹਾਂ, ਅਤੇ ਕਿੱਥੋਂ ਤੱਕ ਆਪਾਂ ਪਹੁੰਚ ਗਏ ਹਾਂ, ਇਹ ਆਪਾਂ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀਗਾ, ਅਤੇ ਮੇਰੇ ਲਈ ਇਹ ਹੀ ਬਹੁਤ ਆ, ਅਤੇ ਉਹ ਚੀਜ਼ ਉਹ ਵੇਖੋ ਮੁੰਡਾ ਹਜੇ ਤੱਕ ਨਹੀਂ ਦੇਖਿਆ, ਅਤੇ ਹੁਣ ਖੁਦਾ ਬਖਸ਼ ਦਾ ਆਪਣੇ ਏਰੀਏ ਦੇ ਵਿੱਚ ਪੰਜਾਬ 'ਚ ਅਤੇ ਪੂਰੇ ਜਿੱਥੇ ਅਸੀਂ ਜਾਂਦੇ ਹਾਂ ਨਾ, ਸੁਰੀਲੇ ਕਲਾਕਾਰਾਂ 'ਚ ਨਾ ਉਹਦਾ ਨਾ ਵਾ ਜੀ, ਬਿਲਕੁਲ, ਅਤੇ ਜਿੱਥੇ ਜਾਂਦੇ ਉਹਨੂੰ ਪਹਿਚਾਣਦੇ ਆ, ਖੁਦਾ ਬਖਸ਼ ਆ ਗਿਆ, ਉਹ ਫੋਟੋਜ਼ ਵਗੈਰਾ ਕਰਾਉਂਦੇ ਆ, ਵਧੀਆ ਪਿਆਰ ਕਰਦੇ ਆ,
दूसरे दा फिर गुण नहीं वेख्या जांदा कि उहदे विच भी कला है। गल इह बन जांदी है कि नहीं नहीं इह तां सफल हो गया, इहदी भैण पहलां सफल सी, इहदा भरा पहलां सफल सी, है ना। कदे इदां दा मन दे विच तुहाडे भी ख्याल है, मतलब क्योंकि लोकां दी धारणा नूं बदलना बहुत औखा है। बदलना औखा नहीं, एक्चुअली साडे च तां प्यार बहुत आ, ते प्यार करके मैं कदे ऐ नहीं सोचा भी मेरी सपोर्ट करना। जो मेरी कर दे तो मैं उन्होंने एक्सैप्ट कर दी हाँ, ठीक है। जिथे उन्होंने मैं चाहनी हाँ भी मैं आह चीज़ की लोड़ आ, वो मेरी सपोर्ट करते हैं। बट मैं कोशिश अपने आप वालों ये की है भी मैं अपने पैरों सिर आप खड़ी होव, मेरी अंदर की भावना ये है। वो मेरे मदर भी पता, ब्रदर भी पता, सिस्टर भी पता। कई बार कहते भी ऐ करके आह काम थोड़ा करवा दें, मैं नहीं, मैनू मैं अपने आप के अगे आना चाहनी हाँ, तो मैं आ भी रही हाँ। बाकी ओदा प्यार बहुत आ, सपोर्ट, पर एक चुनौती तो बहुत वड्डी चुनौती हुंदी है क्योंकि कला नु कितना कितने थोड़ा जिहा लोकां वल्लों इग्नोर कर दिता जांदा, नजरअंदाज कर दिता जांदा। हुण कहिंदे भी होणगे लोक, काफी कहिंदे होणगे भी हाँ शायद अफसाना ने ऐ करवाता, ब्रदर ने ऐ करवाता, बट नहीं, मैं अपने आप की कोशिश कर रही हूँ, मैं अपने आप अगे आवां। एक बारी जानकारी दे विच वादा करियो वी जिवें तुहाडी भैण ने दुगाणा गाया जट्टा शरेआम तो तां धक्का करदा, हाँ जी, ते उवें जे थोनू वी मिल जांदे आ धक्का धुक्का करन वाले गीत तुसीं वी गाओगे कि नहीं? नहीं मैं गाऊंगी। अच्छा, क्योंकि रोजी रोटी लई करना पैणा, दुनिया का टेस्ट भी देखना पैंदा गा। मैं कई बार सोचती सी मैं अपना ही टेस्ट देखा, मैनू परवाह नहीं सी मैं गाई चला मैं जिदा मैं, पर मैं हुण सोचती हाँ भी जिदा लोगों को पसंद वह भी गावा, पर ज़्यादा लच्चर जे गाने ना गावा जिहड़े फैमिली च बैठ के सुने ना जाण, ये चीज़ मैं सोचती हूँ। कुड़ियां तो असीं आस करते हैं ना बई मुंडे तो चलो है ही हुड़दंग मचाउण वाले बहुत गिणती, सारे इको जे नहीं, पर कुड़ियां दे मुंडे विच पोले पोले जे गाने जिहड़े वे तू मेरा दिल लै गया कढ के, वे तू मेरे दिल विच वड़ गया वे, हैं मेरे जूड़े दे विच फुल टंग दे वे, आ गल्लां कुड़ियां जदों गाउंदियां वह फिर परिवारक जिहा लगदा लगदा कमाल बस नहीं मैं कोशिश करूंगी भी जो नमूने सुनाए है ना हाँ जी, आ पाकिस्तानी गीत वाले मूहरे तो कोई है ही नहीं जिन्हां दे तुसी गाए भी नसीबो लाल दे या होर वख वख गायकां दे ध्रुव तारे हो ता पंजाबी गायकी दे दुनिया भर दे विच सिरा अत हाँ जी बिलकुल। ते आपां नसीबो लाल होरां दा इक होर गीत सुन लईए, आउण दिओ नसीबो लाल जी दा, मैं तुहानूं सुना दिंदी हो जदों इश्क दा वल सानू आया इश्क दा, हो जदों इश्क दा वल सानू आया सजन परदेसी हो गया, दुख दिल दा न रज के सुनाया सजन परदेसी हो गया, हे दुख दिल दा न रज के सुनाया सजन परदेसी हो गया, हो जदों इश्क दा वल सानू आया हो जिन्ना पिछे लगे असी हाई गलियां च रुल गए, ओ नवे मुख तक के पुराने आनू भुल गए, नवे मुख तक के पुराने आनू भुल गए, मी अखियां ने जद बरसाया मी अखियां ने, मी अखियां ने जद बरसाया सजन परदेसी हो गया, हाय दुख दिल दा नी रज के सुनाया सजन परदेसी हो गया। वाह वाह बहुत खूब, क्या बात है, बहुत ही खूब। हर एक नु कुछ खास किस्म दे गाने सुनने ते गाने पसंद होंदे है ना, गायक ता हर एक दे अंदर लुकिया होंदा चाहे कोई बेसुरा होवे चाहे सुर च होवे, तुहानू खास किस किस्म दे गीत गाने चंगे लगदे या अगे तुसीं भविष्य सोचदे हो वी मैं इस तरह दे गीत ज्यादा गाने ने इह मेरे रूह दी खुराक है? मैनू तो वैसे सैड सोंग पसंद आ, मैं मेरे आ पागल सोंग सैड आ गया जी, ते हुण मेरे जिन्ने भी गाने होए पए सैड सोंग आ, हिंदी सोंग होया पिया, मूवी दा सोंग होया पिया एक हिंदी दा, हाँ जी, ते हुण देखो बाबा जी दी कृपा नाल ओह किद्दां तुहाडे सत्कारयोग पिता जी जिहड़े दुनिया दे विच नहीं हाँ जी उहनां ने भी बहुत वधिया गाया हाँ जी,
ਜਦੋਂ ਅੱਜ ਗੱਲ ਚੱਲਦੀ ਸੀ ਨਾ ਆਪਣੀ ਤੇ ਉਦੋਂ ਮੈਨੂੰ ਚੇਤੇ ਆ ਗਿਆ ਜੀ ਕਿ ਮੈਨੂੰ ਇੱਕ ਵਾਰ ਗੁੱਗੂ ਗੱਲ ਬਾਈ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਵੀ ਇੰਟਰਵਿਊ ਕਰੋ। ਇਹ ਬਹੁਤ ਲੰਮੀ ਸਮੇਂ ਦੀ ਗੱਲ ਹੈ, ਬਹੁਤ ਪੁਰਾਣੀ ਗੱਲ ਹੈ। ਉਹ ਦੁਨੀਆਂ ਦੇ ਵਿੱਚ ਨਹੀਂ, ਤੁਹਾਨੂੰ ਇਹ ਲੱਗਦਾ ਕਦੇ ਕਦੇ ਕਿ ਜੇਕਰ ਅੱਜ ਪਿਤਾ ਜੀ ਸਤਿਕਾਰਯੋਗ ਹੁੰਦੇ ਤਾਂ ਉਹ ਸਾਡੀ ਕਾਮਯਾਬੀ ਨੂੰ, ਧੀਆਂ ਪੁੱਤਾਂ ਦੀ ਕਾਮਯਾਬੀ ਨੂੰ ਆਪਦੇ ਅੱਖੀਂ ਦੇਖ ਕੇ ਸਰਸ਼ਾਰ ਹੁੰਦੇ। ਮੈਂ ਤਾਂ ਇਹ ਸੋਚਦੀ ਹਾਂ ਵੀ ਜੇ ਅੱਜ ਉਹ ਹੁੰਦੇ ਉਹਨਾਂ ਦਾ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀਗਾ, ਕਿਉਂਕਿ ਜਿਹੜਾ ਉਹਨਾਂ ਦਾ ਸੁਪਨਾ ਸੀ ਉਹ ਅਸੀਂ ਪੂਰਾ ਕਰਤਾ। ਉਹ ਚਾਹੁੰਦੇ ਸੀ, ਇੱਕ ਤਾਂ ਉਹਨਾਂ ਦੀ ਖੁਆਇਸ਼ ਸੀ ਵੀ ਮੇਰੇ ਕੋਲ ਲੰਡੀ ਜੀਪ ਹੋਵੇ, ਮੇਰੀ ਕੋਠੀ ਘੈਂਟ ਹੋਵੇ, ਅਤੇ ਖਾਣਾ ਦਾਣਾ ਉਹਨਾਂ ਨੇ ਖਾਣਾ ਨਾ, ਡਰਿੰਕ ਜ਼ਰੂਰ ਕਰਦੇ ਸੀਗੇ, ਬਟ ਜਦੋਂ ਉਹਨਾਂ ਨੇ ਐਂ ਤਿਆਰ ਹੋ ਜਾਣਾ ਖਾਣਾ ਦਾਣਾ ਖਾਣਾ, ਐਂ ਸਰਦਾਰੀ ਤਰੀਕੇ ਨਾਲ ਖਾਣਾ, ਐਂ ਨਹੀਂ ਸੀਗੇ ਵੀ ਪਾਤੀ ਰੋਟੀ ਅਤੇ ਬੈੱਡ 'ਤੇ ਫੜਾਤੀ, ਉਹਨਾਂ ਟੇਬਲ ਲਾ ਲੈਣਾ, ਚੰਗਾ ਸੈਲਡ ਖਾਣਾ, ਚੰਗਾ ਉਹ ਚੀਜ਼ ਉਹ ਭਾਲਦੇ ਸੀਗੇ। ਉਦੋਂ ਥੋੜ੍ਹਾ ਫਾਈਨੈਂਸ਼ੀਅਲ ਪ੍ਰੋਬਲਮ ਸੀਗੀ ਅਤੇ ਫਾਦਰ ਡਰਿੰਕ ਕਰਦੇ ਸੀ ਥੋੜ੍ਹੀ ਜਿਹੀ, ਤੇ ਉਹਦਾ ਕਰਕੇ ਉਹ ਮੁਕਾਮ ਤੇ ਪਹੁੰਚ ਨਹੀਂ ਸਕੇ, ਬਟ ਉਹਨਾਂ ਦੀ ਗਾਇਕੀ ਬਹੁਤ ਵਧੀਆ ਸੀ। ਤੇ ਕਿਹੜਾ ਗਾਣਾ ਤੁਹਾਨੂੰ ਅਕਸਰ ਉਹਨਾਂ ਦਾ ਸੁਣਨ ਨੂੰ ਮਿਲਦਾ ਸੀ ਜਾਂ ਤੁਹਾਨੂੰ ਸੁਣਾਉਂਦੇ ਹੋਣ ਜਾਂ ਸਟੇਜ ਤੇ ਸੁਣਦੇ ਹੋਣ? ਉਹ ਮੈਂ ਚਾਹੁੰਦਾ ਜੀ ਕਿ ਉਹ ਆਪਦੇ ਪਿਤਾ ਜੀ ਵਾਲਾ ਗਾਣਾ ਵੀ ਇੱਕ ਸਾਂਝਾ ਜ਼ਰੂਰ ਕਰੇ। ਠੀਕ ਹੈ, ਮੈਂ ਸੁਣਾਉਂਦੀ। ਨਾਂ ਵੀ ਦੱਸ ਦਿਓ ਉਹਨਾਂ ਦਾ, ਕਿਉਂਕਿ ਸਾਡੇ ਦਰਸ਼ਕ ਕਈ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ ਤੁਹਾਡੇ ਪਿਤਾ ਜੀ ਦੇ ਬਾਰੇ। ਹਾਂਜੀ, ਮੇਰੇ ਫਾਦਰ ਸਾਹਿਬ ਸ਼ੀਰਾ ਖਾਨ ਬਾਦਲ ਜੀ ਸੀਗੇ ਤੇ ਉਹ ਬਹੁਤ ਵਧੀਆ ਗਾਇਕ ਸੀਗੇ, ਤੇ ਮੇਰੇ ਦਾਦਾ ਜੀ ਸੀਗੇ ਅਬਦੁਲ ਗਫੂਰ। ਅੱਛਾ ਜੀ। ਨਾਮ ਬੜਾ ਸੋਹਣਾ ਸੀ, ਸਾਰੇ ਪਿੰਡ 'ਚ ਉਹਨਾਂ ਦਾ ਨਾਮ ਚੱਲਦਾ ਸੀਗਾ, ਅਤੇ ਉਹਨਾਂ ਦਾ ਗਾਣਾ ਸੀਗਾ ਹਾਏ ਰੋਣਾ ਅੜੀਏ ਮੁੜ ਜਾ ਖਰਨੀ, ਐਵੇਂ ਦਿਲ ਛੋਟਾ ਨਾ ਕਰਨੀ, ਆ ਕੇ ਗੱਡੀ ਗਈ ਹੈ ਖੜਨੀ, ਹਾਏ ਕੁੰਡੀ ਹਣ ਦੀਏ ਫੌਜੀ ਦੀ ਯਾਰੀ, ਸਟੇਸ਼ਨ ਤੱਕ ਹੀ ਹੁੰਦੀ ਹਾਣ ਦੀਏ, ਫੌਜੀ ਦੀ ਯਾਰੀ ਸਟੇਸ਼ਨ ਤੱਕ ਹੀ ਹੁੰਦੀ ਹਾਣ ਦੀਏ। ਇਹ ਗਾਣਾ ਸੀ ਮੇਰੇ ਨਾ, ਹੁਣ ਥੋੜ੍ਹਾ ਯਾਦ ਨਹੀਂ, ਤੇ ਬਹੁਤ ਵਧੀਆ ਗਾਣੇ ਸੀ ਉਹਨਾਂ ਦੇ। ਹਾਂਜੀ ਜੀ। ਤੇ ਆਪਾਂ ਜਿਹੜੀ ਪਹਿਲਾਂ ਮੈਂ ਤੁਹਾਨੂੰ ਗੱਲ ਪੁੱਛੀ ਸੀ ਕਿ ਤੁਸੀਂ ਕਹਿੰਦੇ ਹੋ ਤੁਸੀਂ ਸੈਡ ਸੌਂਗ ਜ਼ਿਆਦਾ ਗਾਣੇ ਚਾਹੁੰਦੇ ਹੋ, ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਦੋਂ ਸੈਡ ਸੌਂਗ, ਕਿਉਂਕਿ ਹੁਣ ਤੱਕ ਜਿੰਨੇ ਵੀ ਗਾਇਕਾਂ ਦੀ ਆਪਾਂ ਗੱਲ ਕਰ ਲਈਏ, ਮਸ਼ਹੂਰ ਗਾਇਕ ਨੇ ਜਿਹੜੇ, ਉਹ ਜਿਹੜੇ ਸੈਡ ਸੌਂਗ ਆਉਂਦੇ ਨੇ ਉਹ ਇੱਕ ਨਾਲ ਫੀਤੀ ਜੁੜ ਜਾਂਦੀ ਹੈ ਵੀ ਇਹਨਾਂ ਤੋਂ ਆਹੀ ਸੁਣਨੇ ਨੇ, ਇਹਨਾਂ ਦੇ ਆਹੀ ਜ਼ਿਆਦਾ ਵਧੀਆ ਹੁੰਦੇ ਨੇ। ਤੁਹਾਨੂੰ ਲੱਗਦਾ ਇੱਕ ਬਹੁਤ ਵੱਡੀ ਚੁਣੌਤੀ ਹੋਊਗੀ, ਕਿਉਂਕਿ ਸੈਡ ਗਾਣੇ ਜਿਹੜੇ ਨੇ ਉਹ ਫਿਰ ਦਰਸ਼ਕ ਉਵੇਂ ਦਾ ਹੀ ਮਨ ਬਣਾ ਲੈਂਦੇ ਆ ਵੀ ਇਹਨਾਂ ਤੋਂ ਆਹੀ ਚੰਗੇ ਲੱਗਦੇ, ਕਿਉਂਕਿ ਨਾ ਹੁਣ ਜਦੋਂ ਕੰਠ ਕਲੇਰ ਬਾਈ ਸਾਡੇ ਮਿੱਤਰ ਨੇ, ਉਹ ਭਾਵੇਂ ਬਹੁਤ ਵਧੀਆ ਨੱਚਣ ਟੱਪਣ ਵਾਲਾ ਗੀਤ ਗਾਉਣ, ਪਰ ਇਉਂ ਲੱਗਦਾ ਰਹਿੰਦਾ ਹੁਣ ਕਹਿਣਗੇ ਇੱਕ ਮੇਰਾ ਦਿਲ ਇੱਕ ਮੇਰੇ ਨੈ। ਸਹੀ ਗੱਲ ਆ, ਸਹੀ ਗੱਲ। ਨਹੀਂ ਐਕਚੁਅਲੀ ਮੈਂ ਮੇਰੀ ਜਿਹੜਾ ਗਾਣਾ ਜਿਹੜਾ ਮੈਂ ਰਿਕਾਰਡ ਕਰਨਾ ਚਾਹੁੰਦੀ ਹਾਂ ਉਹ ਮੈਂ ਕਹਿੰਦੀ ਵੀ ਸੈਡ ਹੋਵੇ, ਮੇਰੇ ਉਹ ਰੋਮੈਂਟਿਕ ਸੈਡ ਹੋਵੇ, ਜਿਵੇਂ ਵੀ ਭਰਾ ਭਾਅ ਜੀ ਗਾਉਂਦੇ ਹੈਗੇ, ਉਹ ਉਹਨਾਂ ਦੇ ਨਾ ਤਾਂ ਸੈਡ ਹੁੰਦੇ ਆ ਨਾ ਉਹ ਰੋਮੈਂਟਿਕ ਹੁੰਦੇ, ਮਤਲਬ ਮਿਕਸ ਜੇ ਹੁੰਦੇ ਆ ਦੋਨੇ, ਜ਼ਿਆਦਾ ਉਹਨੂੰ ਸੈਡ ਵੀ ਨਹੀਂ ਕਹਿ ਸਕਦੇ ਗੇ, ਅਤੇ ਮੈਂ ਇੱਦਾਂ ਦੇ ਗਾਣੇ ਮਤਲਬ ਗਾਉਣਾ ਚਾਹੁੰਦੀ। ਆਹ ਤਾਂ ਮੇਰਾ ਪੂਰਾ ਹੀ ਪ੍ਰੋਪਰ ਹੀ ਸੈਡ ਸੀਗਾ ਜੀ, ਪਾਗਲ ਸੌਂਗ, ਫਿਰ ਉਸ ਤੋਂ ਬਾਅਦ ਮੈਂ ਉਡਾਰੀ ਸੌਂਗ ਗਾਇਆ ਸੀਗਾ ਜੀ, ਉਹ ਵੀ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਂਦੀ, ਸਿਸਟਰ ਨੇ ਨਾਲ ਗਾਇਆ ਸੀ ਮੇਰੇ ਜੀ ਜ਼ਰੂਰ। ਤੇਰੇ ਨਾਲ ਪਿਆਰ ਹੋਇਆ ਦਿਲ ਬੇਕਰਾਰ ਹੋਇਆ, ਤੇਰੇ ਨਾਲ ਪਿਆਰ ਹੋਇਆ ਦਿਲ ਬੇਕਰਾਰ ਹੋਇਆ, ਤੇਰੇ ਨਾਲ ਪਿਆਰ ਨਿਭਾਉਣ ਮੈਂ ਆਣਾ ਵੇ ਸਜਣਾ ਮੈਂ ਤੇਰੇ ਕੋਲ ਆਣਾ, ਸਜਣਾ ਵੇ ਸਜਣਾ ਉਡਾਰੀ ਮਾਰ ਕੇ ਮੈਂ ਆਣਾ ਵੇ ਸਜਣਾ ਹੈ। ਬਹੁਤ ਖੂਬ, ਬਹੁਤ ਖੂਬ, ਬਹੁਤ ਵਧੀਆ ਗੀਤ ਹੈ। ਅੱਜ ਵੀ ਜਦੋਂ ਘਰ ਦੇ ਵਿੱਚ ਇਕੱਠੇ ਸਾਰੇ ਬਹਿੰਦੇ ਹੋ ਤੇ ਬਹੁਤ ਮਿਊਜ਼ੀਕਲ ਜਿਹਾ, ਬਹੁਤ ਸੰਗੀਤਕ ਮਾਹੌਲ, ਤੁਸੀਂ ਦਾਲ ਨੂੰ ਤੜਕਾ ਵੀ ਸੁਰਚੀ ਲਾਉਂਦੇ ਹੋਵੋਗੇ ਹਨਾ, ਐਂ ਕਰਿਓ ਰਾਗ ਭੈਰ ਵਿੱਚ ਭਿੰਡੀਆਂ ਬਣਾਇਓ ਅੱਜ ਸਾਡੇ ਉਹ ਹੈਗੇ ਨਾ ਘਰ ਦੇ ਵਿੱਚ ਜਦੋਂ ਦਰਬਾਰੀ ਚ ਫੁੱਲੇ, ਹਾਂ ਜਦੋਂ ਸਾਡੇ ਬੱਚਾ ਹੁੰਦਾ ਪੈਦਾ ਹੁੰਦਾ ਕਹਿੰਦੇ ਰੋਂਦਾ ਹੀ ਸੁਰਚ ਹੁੰਦਾ, ਹਾਂ ਬਿਲਕੁਲ ਹਨਾ, ਤੇ ਉਹ ਚੀਜ਼ ਆ ਸਾਡੇ ਬੱਚਾ ਬੱਚਾ ਮਤਲਬ ਗਾਉਂਦਾ। ਵਾਹ, ਜੇ ਮੇਰਾ ਛੋਟਾ ਭਾਣਜਾ ਤੁਸੀਂ ਦੇਖੋ ਹੁਣ ਇੰਸਟਾ ਤੇ ਪੂਰਾ ਫੇਮਸ ਆ, ਸਾਡੇ ਨਾਲੋਂ ਵੱਧ ਉਹਨੂੰ ਜਾਣਦੇ ਲੋਕ, ਤੇ ਉਹ ਢੋਲ ਡਾਂਸ ਤੇ ਜਿਹੜਾ ਉਹ ਪਟਪਟ ਬੋਲਦਾ ਉਹਦੇ ਅੱਗੇ ਕੋਈ ਨਹੀਂ ਮਤਲਬ। ਹੁਣ ਜਦੋਂ ਉਹ ਜਿੱਥੇ ਵੀ ਜਾਂਦਾ ਉਹ ਮੇਰੇ ਨਾਲ ਜਾਂਦਾ ਜਾਂ ਮੇਰੀ ਸਿਸਟਰ ਨਾਲ ਜਾਂਦਾ ਤੇ ਉਹ ਕਾਫੀ ਫੇਮਸ ਆ ਉਹ ਬਹੁਤ ਜ਼ਿਆਦਾ, ਤੇ ਉਹਨੂੰ ਚੱਕ ਲੈਂਦੇ ਦੰਦ ਦੇ ਹੈ ਨਹੀਂ ਗੇ, ਛੋਟਾ ਨਾ ਹਜੇ 7 ਸਾਲ ਦਾ, ਦੰਦ ਸਾਰੇ ਗਏ ਵੇ, ਤੇ ਇੰਸਟਾ ਤੇ ਉਹਦੇ ਕਮੈਂਟ ਆਉਂਦੇ ਆ ਮੈਡਮ ਤੁਸੀਂ ਇਹਦੇ ਦੰਦ ਤਾਂ ਲਵਾ ਦਿਓ, ਮੈਂ ਕਿਹਾ ਹੁਣ ਇਹਦੇ ਦੰਦ ਕਿੱਥੋਂ ਲਵਾ ਦਈਏ, ਇਹ ਕਿਹੜਾ ਬੁੜਾ ਹੈਗਾ ਹਜੇ ਤੇ ਉਹ ਚਾਹੇ ਬਲੈਕ ਬਲੈਕ ਹੋ ਗਏ, ਉਹ ਸਾਰੇ ਟੁੱਟ ਗਏ ਤੇ ਕੱਲਾ ਰਹਿ ਗਿਆ ਬਲੈਕ,
ਤੇ ਹੁਣ ਦੰਦ ਆ ਗਏ ਤੇ ਫਿਰ ਸੋਹਣਾ ਲੱਗੂ। ਮੈਂ ਤੇ ਤੁਸੀਂ ਤਾਂ ਅੰਦਰੋਂ ਬਹੁਤ ਖੁਸ਼ ਹੁੰਦੇ ਹੋਵੋਗੇ ਵੀ ਜਿਹੜੇ ਸਾਡੇ ਤੋਂ ਬਚ ਗਏ ਉਹਨਾਂ ਤੋਂ ਇਹ ਲੈ ਆਓ। ਵਾਕਈ ਗੱਲ ਸਹੀ ਆ। ਇੱਕ ਦਿਨ ਉਹ ਸਾਡੇ ਗੈਸਟ ਆ ਗਏ, ਮੈਂ ਉਹਦੀ ਗੱਲ ਸੁਣਾਉਣੀ ਆ, ਤੇ ਉਹ ਨਾ ਡਰਾਈ ਫਰੂਟ ਲੈ ਕੇ ਆਏ ਤੇ ਉਹ ਹੈ ਬਹੁਤ ਚੜੀਤਾ, ਮਤਲਬ ਗੱਲ ਘੱਟ ਹੀ ਮੰਨਦਾ ਥੋੜਾ ਜਿਹਾ, ਮੈਂ ਉਹਨੂੰ ਕੰਟਰੋਲ 'ਚ ਕਰ ਸਕਦੀ, ਹੋਰ ਉਹਨੂੰ ਕੋਈ ਨਹੀਂ ਕਰਦਾ। ਸਾਰਿਆਂ ਨੂੰ ਉਹ ਨਾ ਪਲੇਚੇ 'ਚ ਲੈਂਦਾ, ਨਾਨੀ ਤੁਸੀਂ ਤਾਂ ਬਹੁਤ ਸੋਹਣੇ, ਮੇਰਾ ਤੁਹਾਡੇ ਬਿਨਾਂ ਜੀ ਨਹੀਂ ਲੱਗਿਆ। ਜੇ ਦਾਦੀ ਕੋਲ ਆ ਕੇ ਦਾਦੀ ਚਤਰ ਆ, ਤੇ ਜੇ ਖੁਦਾ ਬਖਸ਼ ਖੁਦਾ ਮਾਮੂ ਜਿੰਨੇ ਤੁਹਾਡੇ ਫੈਨ ਆ ਨਾ ਉਨੇ ਮੇਰੇ ਆ, ਮਤਲਬ ਇੱਦਾਂ ਗੱਲਾਂ ਇਮਪ੍ਰੈਸ ਕਰਦਾ ਆਪਦੇ ਮਾਮੂ ਸਾਰਿਆਂ ਨੂੰ। ਤੇ ਆਪਦੀ ਮਾਸੀ ਕੋਲ, ਅਫਸਾਨਾ ਕੋਲ, ਮਾਸੀ ਸਾਜ ਮਾਸੜ ਜੀ ਬਹੁਤ ਪਿਆਰੇ ਲੱਗਦੇ ਆ ਮੈਨੂੰ, ਬਸ ਇਹੀ ਆ ਮੇਰੇ ਉਸਤਾਦ ਜੀ, ਮਤਲਬ ਇੱਦਾਂ ਪਾਉਂਦਾ ਗਾ, ਐਡੀ ਵੱਡੀ ਗੱਲ ਆਉਂਦੀ ਹੈ। ਅਤੇ ਸਾਡੇ ਗੈਸਟ ਆ ਗਏ ਅਤੇ ਉਹ ਕਹਿੰਦੇ ਵੀ ਜਦੋਂ ਬਾਹਰ ਨਿਕਲਿਆ ਕਹਿੰਦੇ ਯਾਰ ਅਸੀਂ ਖੁਦਾ ਬਾਈ ਅਸੀਂ ਤਾਂ ਇਹਦੇ ਫੈਨ ਹੀ ਬਹੁਤ ਤਕੜੇ ਹਾਂ, ਕਹਿੰਦਾ ਫੈਨ ਆ ਤਾਂ ਮੈਂ ਤੁਹਾਨੂੰ ਗਾਣਾ ਸੁਣਾਉਣਾ ਫਿਰ, ਕਹਿੰਦਾ ਗਾਣਾ ਸੁਣਾ ਤਾ। ਅਤੇ ਉਹਨਾਂ ਤੋਂ 2000 ਰੁਪਇਆ ਲੈ ਲਿਆ, ਉਹਨਾਂ ਨੇ ਇਨਾਮ ਦੇ ਤਾ, ਅੱਛਾ ਨਜ਼ਰਾਨਾ ਦੇ ਤਾ। ਖੁਦਾ ਬਖਸ਼ ਕਹਿੰਦਾ ਬੇਟਾ ਬਹੁਤ ਵੱਡੀ ਗੱਲ ਹੁੰਦੀ ਹੈ ਨਜ਼ਰਾਨਾ ਮਿਲਣਾ, ਅਤੇ ਚਲੋ ਹੁਣ ਖੇਲੋ। ਫਿਰ ਚਲੋ ਵੀ ਗਿਆ ਅੰਦਰ, ਫਿਰ ਵਾਪਸ ਆ ਗਿਆ ਉਹ ਡਰਾਈ ਫਰੂਟ ਲਏ, ਇਹ ਕਿਹਦੇ ਵਾਸਤੇ ਲੈ ਕੇ ਆਏ? ਉਹ ਕਹਿੰਦਾ ਬੇਟਾ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਫਿਰ ਚੱਕ ਕੇ ਲੈ ਗਿਆ, ਉਦੋਂ ਬਾਅਦ ਫਿਰ ਆ ਗਿਆ, ਉਹਨੇ ਆਖਿਆ ਤਾਂ ਮੌਜ ਲੱਗ ਗਈ ਛੋਟਾ ਨਾ, ਇਹਨੇ ਆਖਿਆ ਮੌਜ ਲੱਗ ਗਿਆ ਤਾਂ ਵਧੀਆ, ਮੈਂ ਤਾਂ ਐਂ ਚੱਲੀ ਜਾਂਦਾ ਮੇਰਾ ਕੰਮ। ਫਿਰ ਆ ਗਿਆ, ਗਾਣਾ ਹੋਰ ਸੁਣਾਵਾ ਇੱਕ, ਕਹਿੰਦਾ ਚੱਲ ਪੁੱਤ ਹੋਰ ਨੀ ਬੈਠਾ ਕਰੀਦਾ ਹੁੰਦਾ, ਮੈਂ ਇੰਨਾ ਹੱਸੀ ਵੇਖਿਆ। ਫਿਰ ਉਹਨੂੰ ਮੈਂ ਕੰਟਰੋਲ ਕੀਤਾ, ਤੇ ਫਿਰ ਉਦੋਂ ਬਾਅਦ ਸਲੀਮ ਸੁਲੇਮਾਨ ਜੀ ਆ ਗਏ ਜੀ, ਤੇ ਉਹ ਬਹੁਤ ਵੱਡੇ ਸੁਪਰ ਸਟਾਰ ਬਾਲੀਵੁੱਡ ਦੇ, ਉਹ ਆਏ ਤੇ ਅਫਸਾਨਾ ਨੇ ਮਿਲਾ ਤਾ। ਫਿਰ ਉਹਨਾਂ ਕੋਲੇ ਪਹਿਲਾਂ ਤਾਂ ਘਬਰਾ ਗਿਆ, ਤੇ ਫਿਰ ਉਹਨਾਂ ਦਾ ਗਾਣਾ ਫਟਾਫਟ ਰੈਡੀ ਕੀਤਾ ਵੀ ਇਹਨਾਂ ਦਾ ਗਾਣਾ ਇਹ ਆ, ਅੱਛਾ ਕਰਕੇ ਗਾਣਾ ਮੈਂ ਤੁਹਾਨੂੰ ਗਾਣਾ ਸੁਣਾਉਣਾ, ਤੇ ਉਹੀ ਸੀਨ ਫਿਰ ਉਹਨਾਂ ਕੋਲ ਕੀਤਾ। ਉਹ ਤਿੰਨ ਦਿਨ ਰਹੇ ਮੈਂ ਲੱਗਦਾ ਸ਼ਾਇਦ ਹੋਟਲ 'ਚ, ਜਦੋਂ ਉਹ ਮਿਲਣ ਜਾਇਆ ਕਰੀਏ ਉੱਥੇ ਤੇ ਗਾਣਾ ਸੁਣਾਉਣ ਲੱਗ ਜਾਇਆ ਕਰੇ, ਮੈਂ ਕਿਹਾ ਪੁੱਤ ਉਹ ਬੱਸ ਉਹਦੇ ਐ ਨਹੀਂ ਕਰੀਦਾ ਹੁੰਦਾ, ਉਹ ਮੰਮਾ ਮੈਂ ਉਹਨਾਂ ਦਾ ਫੈਨ ਆ ਤਕੜਾ, ਉਹ ਮੇਰੇ ਫੈਨ ਆ ਮੈਂ ਉਹਨਾਂ ਦਾ ਫੈਨ ਆ, ਮਤਲਬ ਇੰਨਾ। ਤੁਸੀਂ ਉਹਨੂੰ ਇੰਸਟਾ ਤੇ ਸਰਚ ਕਰਕੇ ਦੇਖਿਓ ਉਹਦੇ, ਮੈਂ ਤਾਂ ਕੁਛ ਕਹਿ ਨੀ ਸਕਦੀ। ਵੈਸੇ ਕਹਿੰਦੇ ਆ ਪਰ ਡੇ ਦਾ ਦਿੰਦੇ ਹੁੰਦੇ ਆ, ਹਾਂਜੀ ਚਲੋ ਮੈਂ ਫਿਰ ਉਸ ਹਿਸਾਬ ਨਾਲ ਬਣਾ ਲਾਂਗੇ। ਭਵਿੱਖੀ ਬਸ ਮੇਰੇ ਆਉਣ ਵਾਲੇ ਗਾਣੇ ਤੁਹਾਨੂੰ ਜਲਦੀ ਮਿਲਣਗੇ, ਤੇ ਹਰਜਨਾਗਰਾ ਜੀ ਮੇਰੇ ਗਾਣੇ ਦਾ ਮਿਊਜ਼ਿਕ ਕਰ ਰਹੇ ਆ, ਪ੍ਰੀਤ ਰੋਮਾਣਾ ਜੀ ਨੇ ਕੀਤੇ, ਹਾਂਜੀ ਬੋਬੀ ਨਾਗਰਾ ਜੀ ਦਾ, ਤੇ ਬਾਕੀ ਹੁਣ ਟੀ ਸੀਰੀਜ਼ ਵੱਲੋਂ ਮੇਰੇ ਸਾਰੇ ਗਾਣੇ ਆ ਰਹੇ ਆ। ਅੱਛਾ, ਸੋ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਤੁਹਾਡੇ ਭਵਿੱਖ ਯੋਜਨਾਵਾਂ ਬਹੁਤ। ਇੱਕ ਗਾਣਾ ਹੋਰ ਹੋਵੇ ਜਿਹੜਾ ਨਾ ਤੁਹਾਨੂੰ ਬਹੁਤ ਪਸੰਦੀਦਾ, ਜਿਹੜਾ ਦਿਲ ਦੇ ਬਹੁਤ ਨੇੜੇ ਆ, ਸਥਾਈ ਤੇ ਅੰਤਰਾ। ਸਥਾਈ ਤੇ ਅੰਤਰਾ, ਪਹਿਲਾਂ ਤਾਂ ਮੈਂ ਤੁਹਾਨੂੰ ਆਪਣੇ ਗਾਣੇ ਆਪਦੇ ਖੁਦ ਦੇ ਸੁਣਾਏ, ਜੀ ਜੀ, ਹੁਣ ਮੈਂ ਤੁਹਾਨੂੰ ਸੁਣਾਉਣੀ ਆ ਪਾਕਿਸਤਾਨੀ ਗਾਣਾ, ਜੀ ਜੀ। ਓ ਮੜਾ ਤੇ ਮੜਾ ਸਿਆਰ ਜੋ ਹੈ, ਹਾਏ ਕੁਝ ਵੀ ਸਹੀਓ ਨੀ ਸਾਡਾ ਯਾਰ ਜੋ ਹੈ, ਕਿਉਂ ਮਾਈਏ ਦਾ ਕਿਉਂ ਢੋਲੇ ਦਾ ਗਿਲਾ ਕਰਾਂ, ਮੈਂ ਤਾਂ ਲੱਖ ਵਾਰੀਓ ਬਿਸਮਿਲਾ ਕਰਾਂ, ਉਹ ਬਿਸਮਿਲਾ ਕਰਾਂ ਹੈ, ਉਹ ਬਿਸਮਿਲਾ ਕਰਾਂ। ਥੋੜ੍ਹਾ ਜਿਹਾ ਹੋਰ ਆਉਂਦੇ, ਉਹ ਚੰਗੇ ਹੋਵਣ ਕੋਈ ਸੜਦਾ ਹੈ, ਤਾਈਓ ਸਾਰਾ ਸ਼ਹਿਰ ਮੇਰੇ ਨਾਲ ਲੜਦਾ ਹੈ, ਉਹ ਸਾਰਿਆਂ ਤੋਂ ਵੱਡਾ ਫਨਕਾਰ ਜੋ ਹੈ, ਆਏ ਕੁਝ ਵੀ ਸਹੀਓ ਨੀ ਸਾਡਾ ਪਿਆਰ ਜੋ ਹੈ, ਕਿਉਂ ਮਾਈਏ ਦਾ ਕਿਉਂ ਢੋਲੇ ਦਾ ਗਿਲਾ ਕਰਾਂ, ਮੈਂ ਤਾਂ ਲੱਖ ਵਾਰੀ ਉਹ ਬਿਸਮਿਲਾ ਕਰਾਂ, ਉਹ ਬਿਸਮਿਲਾ ਕਰਾਂ ਹੈ, ਬਿਸਮਿਲਾ ਕਰਾਂ।
ਬਹੁਤ ਬਹੁਤ ਕਮਾਲ ਤੁਹਾਡੀ ਆਵਾਜ਼ ਨੂੰ ਹਥਿਆਰਾਂ ਵਾਲੇ ਗੀਤ ਚੰਗੇ ਵੀ ਨਹੀਂ ਲੱਗਣੇ ਗਾਇਓ ਵੀ ਨਾ ਸੱਚੀ ਕਹਿਣਾ ਬੰਦਾ ਕਈ ਵਾਰੀ ਨਾ ਲੱਖ ਡੇਢ ਲੱਖ ਦੋ ਲੱਖ ਰੁਪਏ ਦਾ ਲਾਲਚ ਕਰ ਲੈਂਦਾ ਵੀ ਉਹਦੇ ਨਾਲ ਗਾਉਣ ਦੇ ਪੈਸੇ ਆ ਰਹੇ ਆ ਪਰ ਉਹਦੇ ਨਾਲ ਤੁਹਾਡੀ ਸ਼ਖਸੀਅਤ ਚ ਵਿਗਾੜ ਆ ਜਾਣਾ ਹਾਂ ਇਹੋ ਜਿਹੀ ਗਾਇਓ ਤੁਹਾਡੀ ਆਵਾਜ਼ ਨੂੰ ਇਹੋ ਜਿਹੇ ਗੀਤ ਚ ਠੀਕ ਹੈ ਜੀ ਠੀਕ ਹੈ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਸੋ ਮਚ ਜਦੋਂ ਕਿਤੇ ਦੁਬਾਰਾ ਮੌਕਾ ਮਿਲਿਆ ਆਪਾਂ ਫੇਰ ਇੱਥੇ ਇੱਕ ਵਾਰ ਤੁਹਾਨੂੰ ਹੋਰ ਜਾਣਕਾਰੀ ਦਿੰਦਾ ਸਾਡੇ ਦਰਸ਼ਕਾਂ ਨੂੰ ਵੀ ਇਹ ਰਜ਼ੀਆ ਸੁਲਤਾਨ ਜੀ ਨੇ ਇਹ ਹੁਣੇ ਵਾਅਦਾ ਕੀਤਾ ਇਸ ਤੋਂ ਪਹਿਲਾਂ ਸ਼ੁਰੂਆਤ ਤੋਂ ਕਹਿੰਦੇ ਵੀ ਕਿਸੇ ਦਿਨ ਆਪਾਂ ਪੰਜੇ ਭੈਣਾਂ ਤੇ ਖੁਦਾ ਬਖਸ਼ ਤੇ ਸਤਿਕਾਰਯੋਗ ਮਾਤਾ ਜੀ ਸਾਰਾ ਪਰਿਵਾਰ ਸਾਰਾ ਟੱਬਰ ਬੈਠ ਕੇ ਆਪਾਂ ਇਹ ਪ੍ਰੋਗਰਾਮ ਕਰਾਂਗੇ ਚੱਜ ਦਾ ਵਿਚਾਰ ਤੇ ਉੱਥੇ ਫਿਰ ਗਾਇਕੀ ਦਾ ਮੁਕਾਬਲਾ ਕਰਾਵਾਂਗੇ ਵੀ ਕਿਹੜੀ ਭੈਣ ਕਿਹਨੂੰ ਕੱਟ ਕੱਟ ਕੇ ਅੱਗੇ ਜਾਂਦੀ ਹੈ ਅਸੀਂ ਉਹਨੂੰ ਰਿਐਲਿਟੀ ਸ਼ੋਅ ਬਣਾਵਾਂਗੇ ਪੱਕਾ ਪੱਕਾ ਇਹ ਚੀਜ਼ ਕਰਨੀ ਹੈਗੀ ਤੇ ਤੁਸੀਂ ਇੰਟਰਵਿਊ ਜਦੋਂ ਕਰੋਗੇ ਤੁਸੀਂ ਇੰਜੋਏ ਵੀ ਕਰੋਗੇ ਬਿਲਕੁਲ ਕਰਾਂਗੇ ਅਸੀਂ ਤਾਂ ਹੁਣ ਵੀ ਆਨੰਦਿਤ ਹੋਏ ਹਾਂ ਮਨ ਸਰਸ਼ਾਰ ਹੋ ਗਿਆ ਮੈਂ ਵੀ ਬਹੁਤ ਜ਼ਿਆਦਾ ਖੁਸ਼ੀ ਮੈਨੂੰ ਵੀ ਇਸ ਗੱਲ ਦੀ ਵੀ ਤੁਸੀਂ ਇੰਜੋਏ ਕੀਤਾ ਨਹੀਂ ਤਾਂ ਜਿਹੜੇ ਹਿਸਾਬ ਦੇ ਮੈਂ ਪਹਿਲਾਂ ਇੰਟਰਵਿਊ ਦੇਖਿਆ ਸੀ ਮੈਂ ਕਿਹਾ ਕਿਤੇ ਹੋਰ ਹੀ ਨਾ ਮੁੱਦੇ ਆ ਜਾਣਾ ਬਟ ਨਹੀਂ ਵਧੀਆ ਲੱਗਿਆ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਾ ਤੁਹਾਨੂੰ ਚੱਜ ਦਾ ਵਿਚਾਰ ਚਾ ਕੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਡਰਦੀ ਪਈ ਸੀ ਮੈਂ ਕਿਹਾ ਵੀ ਪਤਾ ਨਹੀਂ ਕਿੱਦਾਂ ਦੇ ਸਵਾਲ ਪੁੱਛਣਗੇ ਬਟ ਬਹੁਤ ਵਧੀਆ ਲੱਗਿਆ ਤੇ ਤੁਸੀਂ ਤੁਹਾਡਾ ਨੇਚਰ ਵੀ ਬਹੁਤ ਨਾਈਸ ਮਿਹਰਬਾਨੀ ਬਹੁਤ ਬਹੁਤ ਤੁਸੀਂ ਚੜ੍ਹਦੀ ਕਲਾ ਚ ਰਹੋ ਬਹੁਤ ਚੰਗਾ ਗਾਓ ਪੂਰੇ ਟੱਬਰ ਦਾ ਪੂਰੇ ਪੰਜਾਬ ਦਾ ਮਾਣ ਵਧਾਓ ਤੇ ਚੰਗੀ ਗਾਇਕੀ ਰਾਹੀਂ ਵਧਾਓ ਤੁਹਾਡੇ ਕੋਲ ਰੁਪਈਏ ਰੁਪਈਏ ਵੀ ਵਾਹਵਾ ਹੋਣ ਲੋੜਵੰਦਾਂ ਦੀ ਤੁਸੀਂ ਮਦਦ ਵੀ ਕਰਦੇ ਰਹੋ ਇਹਦੀ ਕਾਮਨਾ ਕਰਦੇ ਹਾਂ ਬਹੁਤ ਸ਼ੁਕਰੀਆ ਤੇ ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਫਿਲਹਾਲ ਅਸੀਂ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੇ ਜਾਣਦਾ ਹੋ ਗਿਆ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਇਓ ਤਿੰਨਾਂ ਦੇ ਇਜਾਜ਼ਤ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ